यही पानी है जिहड़ा कैंसर का कारण है, यही पानी है जिहड़ा चमड़ी के रोगों का कारण है, तो यही पानी है जिसनों पीन तो बाद मावां के बच्चे ने जिहड़े वो मंदबुद्धि पैदा हो रहे हैं। अद्धे तो ज़्यादा पिंड कैंसर का रोगी है, यही पानी है जिहड़ा अज मौत बन रहा, कदे अमृत कहा गया सी इस पानी नूं, ते अज ये पानी जिंदगी दे नहीं रहा, जिंदगी लै रहा है। पशु ने डंगर ने ते इत्थे मंजा है जिहड़ा वह लग्या होया, ते परिवार कह रहा है कि असीं बेवस हाँ, साडे कोल जगह ही नहीं है कि असीं इसनूं किसे होर रख सकीए, कितों इलाज करवा सकीए। ਅਸੀਂ ਦੋਨੇ ਜਣੇ ਲੱਗ ਗਏ ਇਹਨੂੰ ਸਾਰਾ ਦਿਨ ਇਹਦੀ ਸਾਂਭ ਸੰਭਾਲ ਕਰਦੇ, ਇਹਨੇ ਕੌਣ ਕਰੇ ਪਰ ਅਸੀਂ ਸਾਡੇ ਤੋਂ ਦੂਰ ਨਹੀਂ ਕਰਦੇ, ਦੁੱਖ ਹੁੰਦਾ ਸਾਨੂੰ। ਦੋ ਹਜ਼ਾਰ 2013 ਦੇ ਵਿੱਚ ਮੈਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਇਸ ਜਗ੍ਹਾ 'ਤੇ ਇੱਕ ਟਿਊਮਰ ਹੈ, ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਬ੍ਰੈਸਟ ਕੈਂਸਰ ਸੀ, ਉਹ ਬ੍ਰੈਸਟ ਨਿਕਾਲਤੀ ਇੱਕ। 2021 'ਚ 11 ਸੰਸਕਾਰ ਜਿਹੜੇ ਉਹ ਕੈਂਸਰ ਵਾਲਿਆਂ ਦੇ ਹੋਏ ਆ ਇਸ ਪਿੰਡ ਦੇ ਵਿੱਚ, 11 ਸੰਸਕਾਰ। ਅੱਜ ਤੁਹਾਨੂੰ ਲੈ ਕੇ ਚੱਲਾਂਗੇ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਦੇ ਵਿੱਚ, ਜਿੱਥੇ ਇੱਕ ਪਿੰਡ ਦੇ ਵਿੱਚ 50 ਦੇ ਕਰੀਬ ਮੰਦਬੁੱਧੀ ਬੱਚੇ ਪੈਦਾ ਹੋਏ ਨੇ। ਪਾਣੀ ਜਿਹੜਾ ਪੀਂਦੇ ਹੋ ਆਰ ਓ ਦਾ ਪਾਣੀ ਪੀਂਦੇ ਹੋ ਕਿ ਨਹਿਰੀ ਪਾਣੀ? ਹਾਂਜੀ ਨਹਿਰੀ ਪੀਂਦੇ ਹਾਂ ਜੀ, ਅਸੀਂ ਤਕਰੀਬ ਕਰੇ ਆਰ ਓ ਦਾ ਨਹੀਂ ਪਰਚਾ ਸਕਦੇ ਜੀ ਅਸੀਂ। ਜੇ ਅਗਰ ਠੰਡੇ ਪਾਣੀ ਨਾਲ ਨਾਲ ਨਾ ਲਓਗੇ ਨਾਲ ਨਾਲ ਖੁਰਕ ਚੱਲ ਜੂ, ਖਾਰਸ ਹੋ ਜੂਗੀ ਸਰੀਰ ਤੇ। ਇੱਥੇ ਗਰਮੀ ਨਹੀਂ ਲੱਗਦੀ? ਗਰਮ ਲੱਗ ਗਿਆ। ਤ੍ਰਾਸਦੀ ਇਹ ਹੈ ਕਿ ਜਿਸ ਪਿੰਡ ਦੇ ਹਰ ਇੱਕ ਘਰ ਦੇ ਵਿੱਚ ਪੇਸ਼ੈਂਟ ਹੈ, ਧਰਾਂਗਵਾਲਾ ਪਿੰਡ ਹਰ ਇੱਕ ਘਰ ਦੇ ਵਿੱਚ ਪੇਸ਼ੈਂਟ ਹੈ, ਉਸ ਪਿੰਡ ਦੀ ਆਹ ਡਿਸਪੈਂਸਰੀ ਹੈ। ਡਿਸਪੈਂਸਰੀ ਦਾ ਅਸੀਂ ਤੁਹਾਨੂੰ ਹਾਲ ਦਿਖਾ ਰਹੇ ਹਾਂ ਅਤੇ ਕਿੰਨੇ ਹੀ ਸਾਲਾਂ ਤੋਂ ਇਹ ਡਿਸਪੈਂਸਰੀ ਹੈ ਜਿਹੜੀ ਇਹ ਬੰਦ ਪਈ ਹੈ। ਪਰ ਜਦੋਂ ਨਹਿਰਾਂ 'ਚ ਹੀ ਸਾਡੇ ਕਾਲਾ ਪਾਣੀ ਆ ਰਿਹਾ, ਉੱਥੇ ਪਿੰਡ ਦੇ ਸਰਪੰਚ ਵੀ ਬੇਵੱਸ ਆ, ਪਿੰਡ ਦੇ ਲੋਕ ਵੀ ਬੇਵੱਸ ਆ, ਪਬਲਿਕ ਸਾਰੀ ਬੇਵੱਸ ਆ, ਗਰੀਬ ਅਮੀਰ ਸਭ ਬੇਵੱਸ ਆ। ਵੱਡੀ ਗੱਲ ਤਾਂ ਇਹ ਹੈ ਕਿ ਜਿਹੜਾ ਸਾਡੇ ਇੱਥੇ ਗਰਾਊਂਡ ਵਾਟਰ ਆ ਉਹ ਪੀਣ ਯੋਗ ਨਹੀਂ ਹੈ, ਅਤੇ ਜਦੋਂ ਵੀ ਬੰਦੀ ਤੋਂ ਬਾਅਦ ਪਾਣੀ ਆਉਂਦਾ ਤਾਂ ਉਹ ਬੜੇ ਦਿਨ 15-20 ਦਿਨ ਤੱਕ ਪਾਣੀ ਜਿਹੜਾ ਉਹ ਕਾਲੇ ਰੰਗ ਦਾ ਆਉਂਦਾ, ਉਹ ਪੀਣ ਯੋਗ ਤਾਂ ਕੀ ਉਹ ਦੇਖਣ ਯੋਗ ਵੀ ਨਹੀਂ ਹੁੰਦਾ। ਜਿਹੜਾ ਛੋਟਾ ਜ਼ਿਮੀਂਦਾਰ ਆ ਜਾਂ ਕੋਈ ਡੈਰੀ ਫਾਰਮ ਆ ਇਸ ਏਰੀਏ 'ਚ ਫੇਲ ਹੋ ਰਿਹਾ ਜੀ ਪਾਣੀ ਕਰਕੇ, ਕਿਉਂਕਿ ਪਸ਼ੂਆਂ ਦਾ ਉਹਨਾਂ ਦੁੱਧ ਦੀ ਮਾਤਰਾ ਨਹੀਂ ਪੈਦਾ ਹੋ ਰਹੀ ਅਤੇ ਉਹਦੇ ਨਾਲ ਘਾਟਾ ਪੈ ਰਿਹਾ ਜੀ। ਕਿ ਵੀ ਪਾਣੀ ਕਮੀ ਹੈ, ਵੀ ਪਾਣੀ ਗੰਦੋ ਆਵੇ। ਹਾਂਜੀ ਹਾਂਜੀ ਉਹੀ ਪਾਣੀ ਪੀ, ਵਾਟਰ ਵਰਕਸ 'ਚ ਵੀ ਉਹ ਪਾਣੀ ਆ ਰਿਹਾ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਾਣੀ ਸਿੰਜਦਾ, ਪਾਣੀ ਪਾਲਦਾ ਮਨੁੱਖਾਂ ਨੂੰ, ਪੂਰੀ ਕਾਇਨਾਤ ਨੂੰ। ਪਾਣੀ ਜ਼ਿੰਦਗੀ ਹੈ, ਪਾਣੀ ਵਰਦਾਨ ਹੈ। ਪੰਜਾਬ ਉਹ ਸੂਬਾ ਜਿਸ ਨੂੰ ਵਰਦਾਨ ਮਿਲਿਆ, ਜਿਸ ਦਾ ਨਾਮ ਪਾਣੀਆਂ ਦੇ ਨਾਮ 'ਤੇ ਰੱਖਿਆ ਗਿਆ, ਸਪਤ ਸਿੱਧੂ। ਸਪਤ ਸਿੱਧੂ ਤੋਂ ਪੰਚ ਨਦ ਅਤੇ ਪੰਚ ਨਦ ਤੋਂ ਪੰਜਾਬ, ਪੰਜ ਨਦੀਆਂ ਦਾ ਪੰਜਾਬ। ਪਾਣੀ ਦੀ ਕਦੇ ਪੰਜਾਬ ਦੇ ਵਿੱਚ ਚੜ੍ਹਾਈ ਰਹੀ ਹੈ, ਪੰਜਾਬ ਦੀ ਚੜ੍ਹਾਈ ਰਹੀ ਹੈ ਪਾਣੀ ਦੇ ਕਾਰਨ। ਪਾਣੀ ਕਦੇ ਅੰਮ੍ਰਿਤ ਸੀ ਪੰਜਾਬ ਦੇ ਲਈ, ਪੰਜਾਬ ਸੂਬੇ ਦੇ ਲਈ। ਅੰਮ੍ਰਿਤ ਵਰਗਾ ਪਾਣੀ ਮਨੁੱਖਾਂ ਨੂੰ ਪਾਲਦਾ ਸੀ, ਜ਼ਿੰਦਗੀਆਂ ਨੂੰ ਪਾਲਦਾ ਸੀ। ਪਰ ਅੱਜ ਉਹੀ ਪੰਜਾਬ ਹੈ ਅਤੇ ਉਹੀ ਪਾਣੀ ਹੈ, ਪਰ ਅੱਜ ਪਾਣੀ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਿਆ। ਪਾਣੀ ਦੇ ਵਿੱਚ ਕੈਮੀਕਲ ਮਿਲ ਚੁੱਕੇ ਨੇ, ਨਹਿਰਾਂ ਦਾ ਪਾਣੀ ਨਦੀਆਂ ਦਾ ਪਾਣੀ ਦੂਸ਼ਿਤ ਹੋ ਚੁੱਕਾ, ਅਤੇ ਇਸ ਕਦਰ ਦੂਸ਼ਿਤ ਹੋ ਚੁੱਕਾ ਕਿ ਮਨੁੱਖੀ ਜ਼ਿੰਦਗੀਆਂ ਨੂੰ ਲਗਾਤਾਰ ਖਤਰੇ ਦੇ ਵੱਲ ਸੁੱਟ ਰਿਹਾ, ਮਨੁੱਖੀ ਜ਼ਿੰਦਗੀਆਂ ਨੂੰ ਲੈ ਰਿਹਾ, ਮਨੁੱਖੀ ਜਾਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਨੇ। ਮਨੁੱਖਾਂ ਦੀ ਜ਼ਿੰਦਗੀ ਹੈ ਜਿਹੜੀ ਅੱਜ ਦਾਅ 'ਤੇ ਲੱਗੀ ਹੋਈ ਹੈ ਇਸੇ ਪਾਣੀ ਦੇ ਕਾਰਨ। ਜਿਸ ਪਾਣੀ ਨੇ ਕਦੇ ਮਨੁੱਖਾਂ ਨੂੰ ਜ਼ਿੰਦਗੀ ਦਿੱਤੀ, ਅੱਜ ਉਹੀ ਪਾਣੀ ਹੈ ਜਿਹੜਾ ਮਨੁੱਖਾਂ ਦੀਆਂ ਜ਼ਿੰਦਗੀਆਂ ਲੈ ਰਿਹਾ। ਅੱਜ ਅਸੀਂ ਮਾਲਵਾ ਬੈਲਟ ਦੇ ਵਿੱਚ ਖੜ੍ਹੇ ਹਾਂ, ਮਾਲਵਾ ਬੈਲਟ ਦੇ ਵਿੱਚ ਫਾਜ਼ਿਲਕਾ, ਅਬੋਹਰ, ਮੁਕਤਸਰ ਸਾਹਿਬ ਦੇ ਪਿੰਡ ਨੇ ਜਿਹੜੇ, ਉਹਨਾਂ ਪਿੰਡਾਂ ਦੇ ਵਿੱਚ ਅਸੀਂ ਖੜ੍ਹੇ ਹਾਂ, ਅਤੇ ਉਹਨਾਂ ਪਿੰਡਾਂ ਦੇ ਵਿੱਚ ਜੋ ਸਤਲੁਜ ਦਰਿਆ ਤੋਂ ਨਹਿਰਾਂ ਨਿਕਲਦੀਆਂ ਨੇ, ਉਹਨਾਂ ਨਹਿਰਾਂ ਦਾ ਪਾਣੀ ਜ਼ਹਿਰੀਲਾ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ, ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਲੋਕ। ਪਾਣੀ ਦੇਖ ਸਕਦੇ ਹੋ ਤੁਸੀਂ, ਜ਼ਹਿਰੀਲਾ ਪਾਣੀ ਝੱਗੋ ਝੱਗ ਹੋਇਆ ਹੋਇਆ, ਜਿਸ ਦੇ ਵਿੱਚ ਫੈਕਟਰੀਆਂ ਦੇ ਕੈਮੀਕਲ ਮਿਲੇ ਹੋਏ ਨੇ, ਅਤੇ ਪਿੰਡਾਂ ਦੇ ਲੋਕ ਕਹਿ ਰਹੇ ਨੇ ਕਿ ਲੁਧਿਆਣਾ ਤੋਂ ਸਤਲੁਜ ਦਰਿਆ ਜੋ ਨਿਕਲਦਾ, ਉਸ ਦੇ ਵਿੱਚ ਬੁੱਢੇ ਨਾਲੇ ਦਾ ਗੰਦਾ ਪਾਣੀ ਹੈ ਜਿਹੜਾ ਇਸ ਦਰਿਆ ਦੇ ਵਿੱਚ ਮਿਲ ਰਿਹਾ ਹੈ, ਅਤੇ ਫਿਰ ਉਹ ਸਤਲੁਜ ਦਰਿਆ ਦਾ ਪਾਣੀ ਨਹਿਰਾਂ ਦੇ ਰਾਹੀਂ, ਸੋਇਆਂ ਦੇ ਰਾਹੀਂ ਪਿੰਡਾਂ ਦੇ ਵਿੱਚ ਪਹੁੰਚ ਰਿਹਾ, ਅਤੇ ਲੋਕ
ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਫਾਜ਼ਿਲਕਾ, ਅਬੋਹਰ ਦੇ ਪਿੰਡਾਂ ਦਾ ਅੱਜ ਦੌਰਾ ਕਰ ਰਹੇ ਹਾਂ। ਅੱਜ ਤੁਹਾਨੂੰ ਲੈ ਕੇ ਚੱਲਾਂਗੇ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਦੇ ਵਿੱਚ, ਜਿੱਥੇ ਇੱਕ ਪਿੰਡ ਦੇ ਵਿੱਚ 50 ਦੇ ਕਰੀਬ ਮੰਦਬੁੱਧੀ ਬੱਚੇ ਪੈਦਾ ਹੋਏ ਨੇ। 50 ਦੇ ਕਰੀਬ ਮੰਦਬੁੱਧੀ ਬੱਚੇ ਨੇ, ਉਹਨਾਂ ਬੱਚਿਆਂ ਨੂੰ ਮਾਪੇ ਸਾਂਭ ਰਹੇ ਨੇ। ਕਈ ਬੱਚਿਆਂ ਦੀ ਉਮਰ 25 ਸਾਲ ਹੈ, ਕਈ ਜਵਾਨ ਨੇ, ਕਈ ਛੋਟੇ ਬੱਚੇ ਨੇ, ਪਰ ਤ੍ਰਾਸਦੀ ਹੈ ਉਸ ਪਿੰਡ ਦੀ ਕਿ ਉਸ ਪਿੰਡ ਦੇ ਵਿੱਚ ਨਾ ਸਿਰਫ ਮਨੁੱਖ ਬਲਕਿ ਪਸ਼ੂਆਂ ਨੂੰ ਵੀ ਕੈਂਸਰ ਹੋ ਰਿਹਾ। ਉਸ ਪਿੰਡ ਦੇ ਵਿੱਚ ਫਸਲਾਂ ਵੀ ਮਰ ਰਹੀਆਂ ਨੇ, ਉਸ ਪਿੰਡ ਦੇ ਵਿੱਚ ਪਸ਼ੂ ਵੀ ਮਰ ਰਹੇ ਨੇ, ਉਸ ਪਿੰਡ ਦੇ ਵਿੱਚ ਇਨਸਾਨ ਵੀ ਮਰ ਰਹੇ ਨੇ। ਇਹ ਸਿਰਫ ਇੱਕ ਪਿੰਡ ਦੀ ਕਹਾਣੀ ਨਹੀਂ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੀ ਕਹਾਣੀ ਹੈ, ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡਾਂ ਦੀ ਕਹਾਣੀ ਹੈ, ਅਬੋਹਰ ਸਾਈਡ ਦੇ ਪਿੰਡਾਂ ਦੀ ਕਹਾਣੀ ਹੈ। ਤੁਹਾਨੂੰ ਲੈ ਕੇ ਚੱਲਦੇ ਆ ਧਰਾਂਗਵਾਲਾ। ਪਿੰਡ ਦੇ ਇੱਕ ਬਜ਼ੁਰਗ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਤੋਂ ਜਾਣਦੇ ਆ ਬਾਪੂ ਜੀ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ। ਸਮੱਸਿਆ ਜੀ ਮੇਰੇ ਖਾਰਸ਼ ਬਹੁਤ ਜ਼ਿਆਦਾ ਹੁੰਦੀ, ਸਿਆਲ 'ਚ ਕੁਛ ਘੱਟ ਜਾਂਦੀ ਹੈ, ਗਰਮੀ 'ਚ ਤਾਂ ਮੇਰੇ ਕੋਲ ਧੁੱਪੇ ਖੜਿਆ ਨਹੀਂ ਜਾਂਦਾ ਜੀ, ਅਤੇ ਸਾਰੇ ਸਰੀਰ 'ਤੇ ਜੀ। ਜਦੋਂ ਖਾਰਸ਼ ਹੁੰਦੀ ਹੈ ਉਦੋਂ ਫਿਰ ਗੋਲੀ ਲੈਣੀ ਪੈਂਦੀ ਹੈ, ਉਦੋਂ ਬਾਅਦ ਫਿਰ ਉਹ ਮਤਲਬ ਖਾਰਸ਼ ਛੱਡਦੀ। ਚਮੜੀ ਦੀ ਸਮੱਸਿਆ ਆ ਰਹੀ ਹੈ, ਹਾਂਜੀ, ਇਹਦਾ ਕਿੱਥੋਂ ਇਲਾਜ ਕਿੱਥੋਂ ਕਰਵਾ ਰਹੇ? ਇਹਦਾ ਕਿਤੇ ਨਹੀਂ ਜੀ, ਇਹ ਤਾਂ ਗੁਰਦੁਆਰਾ ਤਰਨ ਤਾਰਨ ਸਾਹਿਬ ਦੇ ਕੋਲ ਗੁਰਦੁਆਰਾ ਜੀ, ਗੁਰੂ ਚੰਬਲ ਸਾਹਿਬ, ਉਹਨਾਂ ਨੇ ਰਾਖ ਦਿੱਤੀ, ਉੱਥੇ ਜਾ ਕੇ ਆਰਾਮ ਆ ਗਿਆ ਸੀ, ਦੁਬਾਰਾ ਮੇਰੇ ਕੋਲ ਉੱਥੇ ਜਾਇਆ ਨਹੀਂ ਗਿਆ ਜੀ। ਅਤੇ ਹੁਣ ਜਿਵੇਂ ਤੁਹਾਡੇ ਹੋਈ ਵੀ ਆ, ਹੈ ਨਾ, ਢੂਈ 'ਤੇ ਵੀ ਆ, ਇੱਥੇ ਅੱਖਾਂ 'ਤੇ ਵੀ ਹੋਈ ਆ, ਇੰਨੀ ਗਰਮੀ 'ਚ ਤੁਹਾਨੂੰ ਕੰਮ ਵੀ ਕਰਨਾ ਪੈਂਦਾ, ਫਿਰ ਪਰੇਸ਼ਾਨੀ ਹੁੰਦੀ ਹੋ? ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਜੀ, ਸੁਬਹਾ ਸੁਬਹਾ ਜਾਈਦਾ ਜੀ, ਅਤੇ ਉਦੋਂ ਬਾਅਦ ਮੈਂ ਟਾਈਮ ਨਾਲ ਹੀ ਘਰ ਆ ਜਾਂਦਾ ਜੀ। ਬਾਪੂ ਜੀ ਇੰਨੀ ਜ਼ਿਆਦਾ ਸਮੱਸਿਆ ਤੁਹਾਡੇ ਸਾਰੇ ਪਿੰਡ ਨੂੰ ਹੀ ਆ, ਹੈ ਨਾ, ਤਕਰੀਬਨ ਹਰ ਘਰ ਦੇ ਵਿੱਚ ਬਿਮਾਰ, ਕਾਰਨ ਕੀ ਆ? ਇਹ ਜਿਹੜਾ ਨਹਿਰਾਂ ਦੇ ਵਿੱਚ ਕਾਲਾ ਪਾਣੀ ਆ ਰਿਹਾ ਨਾ ਜੀ, ਉਹਦੇ ਕਾਰਨ ਆ ਜੀ, ਪਾਣੀ ਬਹੁਤ ਗੰਦਾ ਜੀ, ਉਹਦੇ ਕਾਰਨ ਇਹ ਮਤਲਬ ਖਾਰਸ਼ ਹੋ ਰਹੀ ਹੈ ਜੀ। ਅਤੇ ਕੋਈ ਤੁਹਾਡੇ ਪਿੰਡ ਦੇ ਵਿੱਚ ਕੋਈ ਸਿਆਸੀ ਆਗੂ, ਕੋਈ ਵਿਧਾਇਕ ਆਇਆ ਹੋਵੇ, ਕਿਸੇ ਨੇ ਕਿਹਾ ਹੋਵੇ ਵੀ ਪਿੰਡ ਦੇ ਲੋਕਾਂ ਦਾ ਅਸੀਂ ਛੁਟਕਾਰਾ ਦਵਾਵਾਂਗੇ ਇਸ ਗੰਦੇ ਪਾਣੀ ਤੋਂ? ਇਹ ਇੱਕ ਦਿਨ ਗੁਰਦੁਆਰੇ ਮੀਟਿੰਗ ਹੋਈ ਸੀ ਜੀ, ਉੱਥੇ ਕਾਫੀ ਬੰਦੇ ਇਕੱਠੇ ਹੋਏ ਸੀ, ਅਤੇ ਉਹਦੇ ਇਹ ਪ੍ਰੋਗਰਾਮ ਚੱਲਿਆ ਸੀਗਾ ਜੀ। ਉਸ ਤੋਂ ਬਾਅਦ ਕੋਈ ਗੱਲ ਅੱਗੇ ਤੁਰੀ? ਨਾ ਜੀ, ਉਹਦੇ ਬਾਅਦ ਕੋਈ ਨਹੀਂ ਆਇਆ, ਤੁਸੀਂ ਆਏ ਹੋ ਜੀ ਅੱਜ। ਨੌਜਵਾਨ ਬੱਚੀ ਤੁਹਾਨੂੰ ਦਿਖਾ ਰਹੇ ਹਾਂ, ਨੌਜਵਾਨ ਕੁੜੀ 25 ਸਾਲ ਦੀ ਉਮਰ ਹੈ, ਪਰ ਜਿਸ ਹਾਲਤ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ, ਮਾਂ ਬਾਪ ਨਾਲ ਬੈਠੇ ਨੇ ਅਤੇ 25 ਸਾਲਾਂ ਤੋਂ ਇਸ ਆਪਣੀ ਬੇਟੀ ਨੂੰ ਸਾਂਭ ਰਹੇ ਨੇ। ਕਾਰਨ ਨਹਿਰਾਂ ਵਿੱਚ ਜੋ ਗੰਦਾ ਪਾਣੀ ਆ ਰਿਹਾ, ਉਹ ਪਾਣੀ ਪੀਣ ਦੇ ਲਈ ਮਜਬੂਰ ਨੇ ਲੋਕ, ਅਤੇ ਉਸਦੀ ਬਦੌਲਤ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਉਹ ਪੈਦਾ ਹੋ ਰਹੇ ਨੇ। 25 ਸਾਲਾਂ ਤੋਂ ਤੁਸੀਂ ਸਾਂਭ ਰਹੇ ਹੋ ਆਪਣੀ ਬੇਟੀ ਨੂੰ? ਹਾਂਜੀ। ਅਤੇ ਜਨਮ ਤੋਂ ਹੀ ਇੱਦਾਂ ਇਹ ਹਾਲ ਸੀ? ਹਾਂ, ਉਹਦੇ ਤਾਂ ਠੀਕ ਸੀ, ਉਹਦੇ ਤਾਂ ਠੀਕ ਸੀ, ਬਾਅਦ 'ਚ ਇਸ ਤਰ੍ਹਾਂ ਹੋਈ ਹੈ, ਬਾਅਦ 'ਚ ਇਹਨੂੰ ਦੌਰੇ ਦਾਰੇ ਪੈਣ ਲੱਗੇ। ਹੁਣ ਸਾਡੇ ਨਾ ਇੱਥੇ ਵੇਖੋ ਨਾ, ਅਤੇ ਹਰੇਕ ਦੇ ਪੱਥਰੀ ਵਾਲਾ ਬਹੁਤ ਪੰਗਾ ਹੈਗਾ, ਪੱਥਰੀ ਬਹੁਤ ਹੈ, ਇੱਕ ਇੱਕ ਘਰ 'ਚ ਚਾਰ ਚਾਰ ਪੰਜ ਮਰੀਜ਼ ਹੈਗੇ ਆ, ਪੱਥਰੀ ਪਾਣੀ ਗੰਦੇ ਪਾਣੀ ਕਰਕੇ ਪੱਥਰੀ ਪੈਂਦੀ ਹੈ ਸਾਰਿਆਂ ਦੇ, ਖਰਾਬ ਹੋ ਗਿਆ, ਪੱਥਰੀ ਵਾਲਾ ਬਹੁਤ ਪੰਗਾ ਹੈ। ਇੱਕ ਗੋਡੇ ਜਿਹੜੇ ਆ ਉਹ 40 ਸਾਲ ਤੋਂ ਬਾਅਦ ਲੋਕਾਂ ਨੇ ਸਾਈਕਲਾਂ ਹੀ ਦੂਜੀਆਂ ਲੈ ਰੱਖੀਆਂ, ਲੇਡੀ ਸਾਈਕਲਾਂ, ਛੋਟੇ ਛੋਟੇ ਨਿੱਕੇ ਨਿੱਕੇ ਜਵਾਕ ਹੈ, ਉਹਨਾਂ ਦੇ ਦੰਦ ਖਰਾਬ ਹੋ ਗਏ। ਇਹਨੂੰ ਬੱਚੀ ਨੂੰ ਕਦੋਂ ਇਹ ਸਮੱਸਿਆ ਆਉਣੀ ਸ਼ੁਰੂ ਹੋਈ ਸੀ? ਇਹਨੂੰ ਸਾਨੂੰ ਕੋਈ ਖਾਸ ਪਤਾ ਨਹੀਂ ਲੱਗਿਆ, ਜਦੋਂ ਦੂਜੀ ਗੁੱਡੀਆਂ ਹੋਈ ਇਹ ਤੋਂ 23 ਸਾਲ ਬਾਅਦ, ਉਦੋਂ ਫਿਰ ਉਹ ਜਦੋਂ ਉਹ ਟੁਰਨ ਲੱਗੀ, ਅਸੀਂ ਆਖਿਆ ਅੱਜ ਤੀ ਟੁਰੀ ਨਹੀਂ, ਫਿਰ ਅਸੀਂ ਡਾਕਟਰਾਂ ਕੋਲ ਬਹੁਤ ਵਿਖਾਈ, ਪੰਜ ਸਾਰੇ ਕਹਿੰਦੇ ਵੀ ਦਿਮਾਗੀ ਹੋ ਗਈ ਜਾਂ ਕਿਵੇਂ, ਬਸ ਇਸ ਤਰ੍ਹਾਂ ਹੋ ਗਿਆ। ਅਤੇ ਪਰਿਵਾਰ 'ਚ ਬਾਕੀ ਹੋਰ ਤਾਂ ਨਹੀਂ ਕਿਸੇ ਨੂੰ ਕੋਈ ਕਹਿੰਦੇ? ਇਹਦੇ ਨਾਲ ਛੋਟੇ ਆ ਜਿਹੜੇ BA ਕਰ ਗਏ, ਆਹ ਵੀ ਇਹ ਸਾਰਿਆਂ ਨਾਲੋਂ ਛੋਟਾ ਹੈ, ਇਹ ਮੁੰਡਾ ਹੈਗਾ, ਇਹ BA ਕੀਤੀ ਹੈ, ਇਹਦੇ ਨਾਲ ਵੱਡਾ, ਉਹਨੇ BA ਕੀਤੀ ਹੈ, ETT ਕਰੀ ਜਾਂਦੇ, ਨਾ ਗੁਡੀਆ MA ਕਰੀ ਜਾਂਦੀ ਹੈ। ਹਾਂ, ਥੋੜਾ ਬਹੁਤ ਸਾਨੂੰ ਪਤਾ ਹੈਗਾ ਵੀ ਇਸ ਚੀਜ਼ ਦਾ, ਜਿਵੇਂ ਅੰਬ ਦੀ ਸਕੀਨ ਹੈ, ਚਿੱਕੂ ਦੀ ਸਕੀਨ ਹੈ, ਚੀਜ਼ ਹੋਊਗੀ ਨਾ ਉਹਨੂੰ ਵੇਖ ਕੇ ਰਹੂਗੀ, ਕੋਈ ਖਾਣ ਵਾਲੀ ਚੀਜ਼ ਹੋਊਗੀ ਉਹਨੂੰ ਵੇਖ ਕੇ ਰਹੂਗੀ, ਫਿਰ ਸਾਨੂੰ ਸਮਝ ਲੱਗ ਜਾਂਦੀ ਹੈ ਵੀ ਐਵੇਂ ਨਹੀਂ ਵੀ ਤੁਸੀਂ ਇਹ ਜੇ ਕੋਈ ਮਤਲਬ ਜੇ
दुध चंगा ना होगा तो नहीं पीती, चाह चंगी नहीं होंगी तो नहीं पीती, एन वधिया टेस्टी चीज़ होगी ना वो खाओगी। चंगा सोहना लगे बस अगे वर्दी जो जवाक पढ़ते वर्दी ड्रेस पाते वर्दी ड्रेस के पांच छे कमीज बना के देंदे होंदे सी भी जरा उतला समानी रंग है ये वर्गे। मतलब स्कूल तो जा नहीं सकती ते किते मतलब जो एक स्पेशल स्कूल होंगे उन्हें भी नहीं भेजी पासे नहीं कर सकते आप तो आप तो दूर नहीं कर सकते बारी ले जाने घरे ले फिर खेरा साहब आए थे थोड़ी मदद दी फिर इनवर्टर लिया एक फ्रिज लिया चीजा जो लाते पैसे ਇਹਦੇ ਵਾਸਤੇ ਦਿੱਤੇ ਤੇ ਇਹਦੇ ਇਹਦੇ ਲਾ ਦਿੱਤਾ ਉਹ ਕੂਲਰ ਲਿਆ ਉਹ ਪਾਣੀ ਪਾ ਕੇ ਇਹਦੇ ਕੋਲ ਚਲਾ ਦਿੰਨੇ ਆ ਜਿੰਨੀਆਂ ਜ਼ਰੂਰਤਾਂ ਆ ਉਹ ਅਸੀਂ ਪੂਰੀ ਕਰਦੇ ਆ। ਸੁਰਮਾ ਬੜਾ ਸੋਹਣਾ ਪਾਇਆ ਦੀ ਅੱਖਾਂ ਤੁਸੀਂ ਤਿਆਰ ਕੀਤਾ ਹਾਂ ਇਹ ਸਾਰਾ ਕੁਝ ਤੜਕੇ ਨਾਲ ਲਾਉਣਾ ਹੈ ਇਹਨੇ ਕੱਪੜਾ ਮੇਲਾ ਨਹੀਂ ਪਾਉਣਾ ਇਹਨੇ ਉਹ ਤਾਂ ਬਸ ਇਸ ਤਰ੍ਹਾਂ ਮਾਰੂ ਚਲਾ ਕੇ ਅੱਜ ਪਤਾ ਨਹੀਂ ਠੰਡ ਠੁੰਡ ਲੱਗੀ ਅਗਰ ਹੋਈ ਜਾਂਦੀ ਸੀ ਫਿਰ ਉਹਦੇ ਰੋਲ ਆਏ ਇਹਨੇ ਨਾ ਮੋਬਾਈਲ ਲੈ ਲਿਆ ਮੁੰਡੇ ਨੇ ਤੇ ਉਹ ਪਹਿਲਾਂ मोबाइल ते वेखी अज तो 5 साल बाद आयो तो ना उन्हें पहचान लूगी कोई भी है एक बार देख लूगी ना फिर बाद 6 महीने बाद साल बाद आऊगा ना एवे नहीं भी फिर वो हथ मिलाऊगी या किमें एक बार तो पहली बार तो नहीं जो दूजी बार आऊंगी फिर खिड़खिड़ा के हसूगी भी अगे भी तुम्हें आए पानी का कोई हाल नहीं पानी बहुत खराब है जिस तरह इन बच्ची समस्या हुई तो बेटी पानी समस्या सब तो वीडी हूँ पानी का ही है ज्यादा वातावरण खराब है पानी की है हम तुम दसी जाना ना इतने सारे बेड़े च फिर वेख लो पत्थरी वाला बहुत पंगा है सारे पिंड च ही पत्थरी बहुत ज्यादा एक गोडे हरेक दे कैंसर वाले लोग बहुत मरे है साढ़े पिंड चे कैंसर बीमारी हुई है बहुत लोगों को हुई है जवान जवान गए है बहुत बीमारी फैली है साढ़े पिंड मतलब पानी है जिमें फिटकड़ी मार के साफ करना या तत्ते पानी नहाना जे अगर ठंडे पानी नहा लोगे तो खारस हो जूगी शरीर से इलाज भी बेटी का करवा रहे हो कितों नहीं हूँ नहीं करवा रहे पहले 5 साल तीन इधर सारे ने आखता भी ए मतलब दिमागी है तो यह नहीं हो सकती ठीक क्योंकि ना ये खास पी सकती ना बह सकती हर एक तरह की प्रॉब्लम है यदि सो देख सकते हो तुसी नौजवान बेटी आ परिवार की पर किस हालत दे विच है मंदबुद्धि बच्चे इस पिंड दे विच पैदा हो रहे ने कारण है पानी वातावरण दे नाल खिलवाड़ कीता ते उस दे नतीजे ए पिंड दे इस हलके दे किन्ने ही होर पिंड ने जिहड़े भुगत रहे ने सो अक्सर ही जदों इस तरह दीआं समस्यावां आउंदीआं ने सेहत दीआं समस्यावां तां कहा जांदा है कि जो गरीब व्यक्ति हुंदा है उसदे कोल तां पूंजी नहीं हुंदी कि इलाज करवा सके पर जो चंगे रसूख वाले ते चंगी आर्थिकता वाले लोग ने ओह वी इन्हां बीमारियां दे शिकार हुंदे ने पर निकलिया उन्हां तों वी नहीं जांदा इन्नियां भयानक ने इह बीमारियां अज जिथे पिंड दे विच जिस घर दे विच खड़े आ पिंड दे साबका सरपंच दा इह घर है ते कैंसर दे कारण खुद उन्हां दी मौत हो चुकी है पिंड दे साबका सरपंच सन पर हुण उन्हां दी धर्म पत्नी भी उसे ही बीमारी दे नाल जूझ रहे ने परिवार दे नाल गलबात करदे आ कदों हुई सी उन्हां दी डेथ अभी 6 महीने सातों तो बिलाई गई है 6 महीने पहला हां अभी पहला एक अद्द ऑपरेशन करायो बंबई हूं
ठीक हो दोबारा फिर गांठी गांठी की सारा शरीर का बहू है मेरे बेटे की भी अच्छा थी कटाई उठी दवाई चल रहा है बीकानेर की आज तीन साल दो साल पहला मैं बरसात को पानी छात को पानी कट्ठो कर गए अरे डिग्गी बनाई बिंग मैं सट को लगा मैं वो पिया करता तीन साल तो वो पियो अरे बच्चा वो पीऊँदे पीऊँदे वो पानी गंदो आने लाइ कदे गाती जो कोई नहीं बीमारी फैल गई ठाके तो बरसात का पानी इकट्ठा करके वो पानी पीते थे अरे भी दो साल लग गया अभी वो साल भर मैं कौन क्यों गया वो बीमार है गया बाहर जान लागे कर लागे मारा कि कौन पानी कट्ठो कोई नहीं सो पिंड के सबका सरपंच रहे ने जड़े खुद शिकार होए इस भैड़ी अलामत का शिकार होए कैंसर की बीमारी का तो फौत हो गए पर जिमें परिवारक मैंबर दस रहे हैं कि अपनी सेहत को लैके बहुत ज़्यादा कॉन्शियस से बरसात का पानी इकट्ठा करके पीते होंगे हाँ जी हाँ जी स्टोरेज की काफ़ी टाइम अपने कणक वगैरह भी ऑरगैनिक ही बीजते काफ़ी सालों तो 5-7 साल तो मेरे मामा जी से इन्होंने इंस्पायर हो गए आप भी हरियाणे ही करते हैं जी पर जो कि होर चीज़ा भी सब पोल्यूटेड है फिर इन्हें की करें कदों पता कदों लग्या सी किवें पता लग्या इस बीमारी 2017 च शायद पता लग्या सी उदों बॉम्बे टाटा मेमोरियल च चलिया सी उन्हां दा ट्रीटमेंट तो फिर हुण 2020 च मतलब रीकरेंस हुई तो फिर डॉक्टर्स कहिंदे भी फैल चुकी है बॉडी जी फिर उहदा कुछ नहीं है ਇਹਦਾ ਕਾਰਨ ਕੀ ਸਮਝਦੇ ਹੋ ਪਿੰਡ 'ਚ ਜਿਹੜਾ ਗੰਦਾ ਪਾਣੀ ਆ ਰਿਹਾ ਹਾਂਜੀ ਗੰਦਾ ਪਾਣੀ ਪੰਜਾਬ 'ਚ ਤਾਂ ਲਗਭਗ ਇਹੀ ਹਾਲ ਹੈ ਤਿੰਨ ਚਾਰ ਆਦਮੀ ਤਿੰਨ ਚਾਰ ਬੁੱਢੀ ਦੋ ਤਿੰਨ ਬੰਦਾ ਬੜਾ ਜਵਾਨ ਜਵਾਨ ਗਿਆ ਕੈਂਸਰ ਦੀ ਬਿਮਾਰੀ ਨੂੰ ਗਿਆ ਉੜਾ ਹੈ ਅਭੀ ਅਭੀ ਛੇ ਮਹੀਨਾ ਮਾਂ ਮੈਂ ਚਾਰ ਬੰਦਾ ਬੂਝ ਗਿਆ ਛੇ ਮਹੀਨਾ ਮਾਂ ਮੈਂ ਚਾਰ ਪੰਜ ਜਣਾ ਬੂਝ ਗਿਆ ਬੜੀ ਮੁਸ਼ਕਲ ਹੈ ਜੇ ਜਾਊਂਗਾ ਮੈਂ ਕਈ ਜਣਾ ਗਿਆ ਕਈਆਂ ਆਪਰੇਸ਼ਨ ਕਰਾਏ ਉੜੋ ਹੈ ਅਭੀ ਕਾ ਟਾਈਮ ਹੈ ਕਈਆਂ ਆਪਰੇਸ਼ਨ ਕਰਾਏ ਉੜੋ ਹੈ ਬੁੱਢੀਆਂ ਗਏ बंदा तो मंठा कौन बार जा कौन बुढ़िया कई छाती कटाई थी बहुत ज़्यादा है जी गंदा पानी का कारण है पानी बहुत गंदो आवे कई दिन तो बंद करे रखा फिर खेतों में ट्यूबवेल को पानी लिया भाई पानी वो गंदो ना बरतो गए मन जमींदार है बरते बिना कदरे जन किन किन बरतना ही पड़े सो खुद चंगे काम किए पिंड चंगे समाज सुधार दे बेटियां नूं शगन स्कीम दिंदे रहे जिवें कि पिंड वासी दस रहे ने पर खुद इस भैड़ी अलामत का शिकार होए तो हुण उन्हां दी धर्म पत्नी जिहड़े उह वी कैंसर पेशेंट ने धर्म पत्नी भी कैंसर पेशेंट ने उन्हां दे नाल असीं गल्लबात करांगे तुहानूं कदों तों इह समस्या आ रही है 2019 तों तुहाडा टैसट करवाउण गए सी जदों उन्हां दा पता लग्गा हाँ जी फिर ब्रेस्ट कैंसर सी उह ब्रेस्ट निकालती एक बीकानेर की दवाई चल रही है हूँ कि कुछ फर्क लग रहा है हूँ तो ठीक ही है फिर हूँ पानी किड़ा पानी वरतते हो पीने लिए आर ओ का जी पानी फिल्टर करके पर डेली नीड दे वेच पानी वरतना हों तो नहरी पानी वरतते हो हाँ जी नहर को पानी अब तो बरसात को नहर का ही है हूँ तो ਜਿਹੜਾ ਜਦੋਂ ਤੁਹਾਨੂੰ ਆਇਡੈਂਟੀਫਾਈ ਹੋਇਆ ਇਹ ਸਮੱਸਿਆ ਉਸ ਤੋਂ ਬਾਅਦ ਕੋਈ ਹੈਲਪ ਸਰਕਾਰ ਵੱਲੋਂ ਵੀ ਹੋਈ ਕਿ ਪਰਿਵਾਰ ਦੇ ਦੋ ਜੀ ਨੇ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਕੋਈ ਇਲਾਜ ਦਾ ਸਰਕਾਰੀ ਦਰਬਾਰੀ ਅਪੀਲ ਕੀਤੀ ਨਹੀਂ ਜੀ ਰਾਜਸਥਾਨ 'ਚ ਤਾਂ ਸਕੀਮ ਹੈਗੀ ਪੰਜਾਬ 'ਚ ਹੈ ਨਹੀਂ ਕਿ ਤਾਂ ਪੰਜਾਬ ਗਾ ਨਹੀਂ ਫਿਰ ਬੀਕਾਨੇਰ ਗਏ ਸੀ ਉਹ ਕਹਿੰਦੇ ਰਾਜਸਥਾਨ ਦਾ ਰਾਜਸਥਾਨ 'ਚ ਕਾਰਡ ਬਣਦਾ ਹੈ ਦੂਜੇ ਸਟੇਟ 'ਚ ਬਣਦਾ ਨਹੀਂ ਕਦੋਂ ਡਾਕਟਰ ਕੀ ਕਹਿ ਰਹੇ ਨੇ ਕਦ ਤੱਕ ਇਹ ਸਮੱਸਿਆ ਠੀਕ ਹੋ ਸਕਦੀ ਕਿਹੜੀ ਸਟੇਜ ਕਿਹੜੀ ਹੈ ਤੁਹਾਡੀ ਮੇਰੇ ਤਾਂ ਪਹਿਲੀ ਸਟੇਜ ਸੀ ਹਾਂਜੀ ਪਹਿਲੀ ਸਟੇਜ ਦਾ ਰਿਕਵਰ ਜਲਦੀ ਹੋ ਸਕਦਾ ਹਾਂ ਪਹਿਲਾਂ ਛੋਟੀ ਗਾਂਠ ਹੋਈ ਸੀ ਅਤੇ ਫਿਰ ਕੀਮੋ ਲੱਗਣ ਤੋਂ ਬਾਅਦ ਉਹ ਠੀਕ ਹੋ ਗਈ ਸੀ ਚਾਰ ਕੀਮੋ ਲੱਗੇ ਸੀ ਅਤੇ ਚਾਰ ਕੀਮੋ ਲੱਗੇ ਬਾਅਦ ਉਹ ਗਾਂਠ ਤੋਂ ਖਤਮ ਹੋ ਗਈ ਸੀ ਫਿਰ ਉਹ ਕਹਿੰਦੇ ਅਸੀਂ ਕੋਰਸ ਪੂਰਾ ਕਰਨਾ ਹੈ ਫਿਰ ਉਹਨਾਂ ਨੇ ਬ੍ਰੈਸਟ ਬ੍ਰੈਸਟ ਨਿਕਾਲ ਦਿੱਤੀ ਅਤੇ ਦੁਬਾਰਾ ਹੋਣ ਦੇ ਚਾਂਸਿਸ ਨਹੀਂ ਇੱਕ ਤਾਂ ਜਿਵੇਂ ਤੁਹਾਡੇ ਹਸਬੈਂਡ ਨੂੰ ਵੀ ਇਹ ਸਮੱਸਿਆ ਸੀ ਹੈ ਨਾ ਇੱਕ ਐਂ ਹੁੰਦਾ ਵੀ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਲੜਨਾ ਸੌਖਾ ਨਹੀਂ ਹੁੰਦਾ ਇਲਾਜ ਕਰਾਉਣੇ ਸੌਖੇ ਨਹੀਂ ਹੁੰਦੇ ਘਰਾਂ ਦੇ ਘਰ ਕਹਿੰਦੇ ਲੱਗ ਜਾਂਦੇ ਆ ਹੈ ਨਾ ਪਰ ਪਰਿਵਾਰ ਦਾ ਜੀਅ ਵੀ ਚਲਾ ਜਾਂਦਾ ਸੋ ਇਹ ਸੰਤਾਪ ਹੈਗਾ ਇਹਨਾਂ ਪਰਿਵਾਰਾਂ ਦਾ ਜਿਹੜੇ ਪਰਿਵਾਰ ਗੰਦੇ ਪਾਣੀ ਦੀ ਸਮੱਸਿਆ ਦੇ ਕਾਰਨ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਅਤੇ ਜੂਝ ਰਹੇ ਨੇ ਪਰ
ध्यान देने की जरूर लोड़ है, सरकारां नूं भी ध्यान देने की लोड़ है। सरकार नवीं बनी है सूबे दे विच तां जरूर इन्हां इलाकियां दे वल जरूर सरकार नूं झाकना चाहिए जिहड़े कह सकदे कि हाशियाग्रस्त ने, जिन्हां दे वल जिन्हां इलाकियां दे कोल कोई सहूलतां नहीं पहुँचदियां उन्हां इलाकियां जाके जरूर देखना चाहिए कि लोग किवें जिउ रहे ने, परिवारां दे जीव वी तुरे जा रहे ने, सिव्यां दे राह पै रहे ने, पर नाल दी नाल घरां दी आर्थिकता जिहड़ी उह वी हिलदी जा रही है क्योंकि कैंसर वर्गियां लाइलाज बीमारियां जिहड़ियां जिन्हां दे इलाज करवाउंदिआं करवाउंदिआं परिवारां दे परिवार ने जिहड़े तबाह हो जांदे ने। सो जरूर झाकणा चाहीदा सरकारां नूं इस तरहां दे पिंडां दे वल। सुख चंगा रसूख रहा सी उहनां दा साबका सरपंच साहब दा पिंड दे विच। रसूख तां की कहिए जी इस गल नूं, सानूं बहुत दुख है साडा भरा मतलब चला गया दुनिया तों, मतलब इन्नी सेवा पिंड दी कोई मतलब उन्होंने मतलब हर एक दा भैण भरा बन के सेवा की, सरपंच बन के नहीं की। मतलब यही सकते भी असी सरपंच सी साडे, वो हरेक इंसान नूं तरांगले नूं यह लगता सी भी साडा भरा साडा मतलब भरावां तों वध सेवा करन वाला पिंड दा सरपंच सीगा। ते इन्नी सेवा मतलब हर गरीब दी बच्ची दे शगन दित्ता पिंड दी पानी दी, जिथे उन्हों लगता सी भी इधर रूड़ियां दा पानी पैंदा उन्हें नवीं पाइपलाइन नहर तों इशू की, नवीं पाइपलाइन पवाई पिंड के एक सहयोगी सज्जन ने उन्होंने जगह भी दी उस सरपंच साहब की वजह नाल भी इत्थे तुसी ला सकदे हो प्रोजेक्ट, उत्थे लगना सी जगह चाहिए सी तो पिंड के बंदे ने जगह भी दी। पर जो नहरां च ही साडे काला पानी आ रहा उत्थे पिंड के सरपंच भी बेवासा, पिंड के लोग भी बेवासा, पब्लिक सारी बेवासा, गरीब अमीर सब बेवासा। जिन्ना चिर साडा उतला जिहड़ा कुदरती सोमे आ उह पवित्र नहीं हुंदे तो साडे इत्थों दे जिहड़े बदला असी बेवस लोग हो गए। हुण इह तां चलो अमीर घर सीगा, इन्हां ने आपदा डिग्गी दा छत दा पानी इकट्ठा करदे सीगे जदों इन्हां नूं लग्गिया वी यार वी ऐ होणा चाहीदा वी असी इह बहुत पवित्र लोग है मतलब धार्मिक लोग है जिहड़ा कि बहुत सुची जिंदगी जिउंदे आ, तो इन्हां ने आपदी छत दा पानी स्टोर किया। पर इन्हां ने कल्ला आप लोगों भी लोग भी जिहड़ा कोई नेड़े तेड़े आंढ गुआंढ सी उह वी लै जांदा सीगा, पर हरेक इंसान नहीं ऐ कर सकदा। सरक दी छत पक्की नहीं है, गरीब की छत नाजुक है, वह किवें स्टोर पानी कर लूगा। ये करके नहरां पवित्र होनिया बहुत जरूरी आ, कुदरती सोमे साढ़े बहुत जोड़े पोल्यूटड आ ये नहीं होने चाहिए। असं गवर्नमेंट को रिक्वेस्ट करते हैं भी जिंदगी जीने का अधिकार हर एक इंसान को बख्शा जाए, जो कि लुधियाना जलंधर गंदा सीवरेज का पानी दरियावां च पैंदा वह ना पवे, जो मतलब ना पिंडां च आरओ की लोड़ है ना कुछ नहीं है, जो हिमालय का पानी साढ़े को पहुँचना चाहिए वह पहुँचे। असी गवर्नमेंट को यही रिक्वेस्ट करते हैं। थैंक यू। पिंड फिरद्या एक अजिहा परिवार मिलिया जिथे एक नौजवान बेटी, इस परिवार की 17 साल की बेटी है जिहड़ी, जो जिसका दिमाग का ज़्यादा विकास नहीं होया, शरीरक समस्यावां भी ने, पर इस परिवार के वलों इस बेटी का विआह भी कर दिता गया सी, पर तलाक हो गया। तो उस परिवार के नाल असीं बैठे हाँ, गलबात करांगे। माता जी साढ़े नाल ने, माता जी बेटी नूं भी समस्या आ रही है? हाँ जी, बेटी नूं भी दिमाग की समस्या है जी, कुछ अंग भी सही है नहीं जी ये, तो बस करे ही एदा भी कोई माण मोटा कोई लालन पालन होना चाहिए जी। फिर बचपन तो ही है कि बाद समस्या? बचपन तो ही है जी, थोड़ा 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 ये बचपन तो हूँ बस इवें जिमें बच्चों का ही बच्चों वर्गा दिमाग, बच्चों वर्गा दिमाग है जी, बच्चों तो भी घट है, बच्चा तो समझ आता है ये, बस समझाया तो माड़ा मोटा भी समझती है ऊँ, कोई छोटी मोटी गल तो इवें नहीं पता इनू जी। फिर जो दिमाग का विकास नहीं होया है ना, तो तुसी विआह का फैसला किया, क्योंकि विआह तो मावां माँ बाप उदो करते हैं जो उन्होंने हो जाता कि उन्होंने बच्ची सामभ सकती है, जिम्मेवारियां सामभ सकती है, पर तुसी विआह का फैसला क्यों लिया? क्यों तो फिर जी किसी वो बस लाभ लगते भी कर दौ भी बेटी नहीं करे रखी जाती, बस इस तरह जी किसी के बच्चे ही आके जी फिर किसी की गलों से ही आके करता जी। फिर हम इलाज भी बेटी का चल रहा कि नहीं चल रहा? अत का किराया से जी माण मोटा, ये नहीं सूत हो दिमाग का माण मोटा, क्यों गरीब कर जी नहीं पूरे आ सकते जी पहला तो। इस तरह बच्चा जिमें बच्चे पैदा हो रहे हैं मंदबुद्धि बच्चे ने, बच्चों समस्यावान शरीरक समस्यावान आ रही ने थोड़े पिंड की कारण है क्यों हो रहा? ये पानी पुनी की समस्या है जी सानू, तो कोई दवाई पानी भी नहीं लग रहा, ऐसी समस्या। पानी जो पीने आरओ का पानी पीने कि नहरी पानी? हम तो नहरी पीने जी, असं तो गरीब घर आरओ तो नहीं पहुँचा सकते जी असी, पर पिंड जो आरओ सिस्टम लगे हुए हैं फ्री पानी मिलता है? फ्री नहीं मिलता जी इतने जित,
थोड़े जे पैसे देने पैंदे ने के ਜੀ ਥੋੜੇ ਜਿਹੇ ਦਿਨ ਤਾਈ ਵੀ ਗਰੀਬ ਕਰਿਆ ਜੇ ਤਾਂ ਪਿਓ ਹੀ ਇੰਨਾ ਨਹੀਂ ਜੀ ਬਿਮਾਰ ਰਹਿੰਦਾ ਹੈਗਾ ਅਤੇ ਜਿਵੇਂ ਪਾਣੀ ਸਭ ਤੋਂ ਵੱਡੀ ਸਮੱਸਿਆ ਹੈ ਨਾ ਤੁਸੀਂ ਉਹੀ ਪਾਣੀ ਪੀ ਰਹੇ ਹੋ ਜਿਹੜਾ ਪਾਣੀ ਖਰਾਬ ਆ ਅਤੇ ਪਰਿਵਾਰ ਦੇ ਹੋਰ ਜੀਆਂ ਨੂੰ ਵੀ ਹੋ ਸਕਦੀ ਆ ਹੋ ਸਕਦੀ ਹੈ ਤਾਂ ਜੀ ਮਾਣ ਮੋਟੀ ਜੀ ਹੋਈ ਹੋਈ ਜਾਂਦੀ ਹੈ ਹੁਣ ਦਵਾਈ ਪਾਣੀ ਆਪਦੀ ਮਾਣ ਮੋਟੀ ਕਰੀ ਜਾਂਦੇ ਹੋਈ ਜਾਂਦੀ ਹੈ ਤਾਂ ਮਾਣ ਮੋਟੀ ਫਿਰ ਨਾਮ ਕੀ ਹੈ ਤੁਹਾਡਾ ਬੋਲਣ 'ਚ ਸਮੱਸਿਆ ਗੱਲਾਂ ਸਮਝ ਰਹੇ ਹੋ ਮੰਮਾ ਕੀ ਕਹਿ ਰਹੇ ਆ ਕਿਹਦੇ ਬਾਰੇ ਗੱਲਾਂ ਕਿਹਦੇ ਬਾਰੇ ਗੱਲਾਂ ਕਰ ਰਹੇ ਆ ਮੰਮਾ ਇਹ ਤਾਂ ਤੁਹਾਡੀਆਂ ਗੱਲਾਂ ਸੁਣਾ ਰਹੇ ਆ ਸਾਨੂੰ ਕਹਿੰਦੇ ਬੇਟੀ ਮੇਰੀ ਬਹੁਤ ਸਿਆਣੀ ਆ ਸੋ ਬੇਟੀ ਆ ਇਹਨਾਂ ਦੀ ਹਾਂ ਜ਼ਿਆਦਾ ਨਹੀਂ ਬੋਲ ਸਕਦੀ ਜੀ ਬਸ ਜ਼ਿਆਦਾ ਗੱਲਾਂ ਆਉਂਦੀਆਂ ਨਹੀਂ ਜੀ ਇਹਨੂੰ ਮਾੜਾ ਮੋਟਾ ਰੋਟੀ ਬਣਦਾ ਇਹਦਾ ਹੀ ਮਾੜਾ ਮੋਟਾ ਆਉਂਦਾ ਹੈ ਜੀ ਇਹਨੂੰ ਇੰਨਾ ਨਹੀਂ ਆਉਂਦਾ ਬੱਚਿਆਂ ਤੋਂ ਹੀ ਐਵੇਂ ਘੱਟ ਹੈ ਜੀ ਸਰਕਾਰ ਜੀ ਇਹਦੀ ਮਨ ਮੋਟੇ ਕੋਈ ਲਾਲਣ ਪਾਲਣ ਚਾਹੀਦਾ ਹੈ ਜੀ ਹੋਰ ਵੀ ਗਰੀਬ ਬੰਦੇ ਹੈ ਅਤੇ ਇਹਦਾ ਕਿਉਂ ਸਮਾਜ ਦਾ ਆਪ ਨੂੰ ਵੀ ਤਕਲੀਫ ਆਉਂਦੀ ਹੈ ਸਾਨੂੰ ਇੰਨੀ ਬੇਟੀ ਹੈ ਫਿਰ ਕਰੇ ਜਵਾਨ ਬੇਟੀ ਆ ਤੁਹਾਡੀ ਤਾਂ ਤੁਹਾਨੂੰ ਸਾਂਭਦੇ ਵੀ ਤੁਸੀਂ ਹੋ ਫਿਰ ਤਾਂ ਤੁਸੀਂ ਇਹਨਾਂ ਨੂੰ ਛੱਡ ਕੇ ਕਿਤੇ ਜਾ ਵੀ ਨਹੀਂ ਸਕਦੇ ਜਾ ਸਕਦੇ ਜੀ ਹੁਣ ਇਕੱਲੀ ਹੈ ਕਰੇ ਤਾਂ ਨਹੀਂ ਜਾ ਸਕਦੇ ਜੀ ਫਿਰ ਸਾਰਾ ਦਿਨ ਬੱਚਿਆਂ ਵਰਗੀ ਹੈਗੀ ਜਾਂਦੇ ਹਾਂ ਤਾਂ ਕਿਤੇ ਮਾਣ ਮੋਟਾ ਨਾਲ ਲੈ ਕੇ ਜਾਂਦੇ ਹਾਂ ਜੀ ਇਹਨੂੰ ਕਰੇ ਨਹੀਂ ਛੱਡ ਸਕਦੇ ਇਹਨੂੰ ਵੈਸੇ ਸਮਝ ਆ ਜਿਵੇਂ ਰਿਸ਼ਤਿਆਂ ਦੀ ਰਿਸ਼ਤੇਦਾਰਾਂ ਦੀ ਉਹ ਸਾਰੀ ਸਮਝ ਨਹੀਂ ਜੀ ਇਹਨੂੰ ਨਹੀਂ ਸਮਝ ਹੈ ਜੀ ਮਾਣ ਮੋਟੀ ਚਾਚਾ ਤਾਂ ਆਉਂਦੀ ਹੈਗੀ ਹੋਰ ਨਹੀਂ ਜੀ ਇਹਨੂੰ ਕੁਛ ਸਮਝ ਹੈ ਨਹੀਂ ਗੀ ਵੀ ਐਵੇਂ ਜਿਵੇਂ ਇਹ ਬੈਠੀ ਹੈ ਇੰਨੇ ਚਾਚੇ ਲੱਗਦੇ ਉਸ ਇੰਨਾ ਕੀ ਸਮਝ ਹੈ ਹੋਰ ਇੰਨੀ ਗੀ ਇਹਨੂੰ ਘਰ ਦਾ ਕੰਮ ਕਾਜ ਕਰਦੇ ਨੇ ਮਾੜਾ ਮੋਟਾ ਜੇ ਕਰਦੀ ਹੈ ਜੀ ਕੋਈ ਪਾਂਡੇ ਚੱਕ ਦਿੰਦੀ ਹੈ ਥੋੜ੍ਹਾ ਬਹੁਤ ਬਸ ਮਾੜਾ ਮੋਟਾ ਜਿਹਾ ਹੀ ਹੁੰਦਾ ਹੈ ਜੀ ਇਹਦੇ ਸਰੀਰ ਤੋਂ ਇੰਨਾ ਨਹੀਂ ਆਉਂਦਾ ਭਾਰ ਨਹੀਂ ਚੱਕਿਆ ਜਾਂਦਾ ਜਮਾਂ ਹੀ ਨਹੀਂ ਚੱਕਿਆ ਜਾਂਦਾ ਭਾਰ ਤੋਂ ਸੋ ਸੁਣ ਸਕਦੇ ਹੋ ਤੁਸੀਂ ਇਸ ਮਾਂ ਦਾ ਦਰਦ ਜਵਾਨ ਬੇਟੀ ਆ ਘਰ ਦੇ ਵਿੱਚ ਵਿਆਹ ਵੀ ਕੀਤਾ ਪਰ ਵਾਪਸ ਆ ਗਈ ਆਪਣਾ ਆਪ ਨਹੀਂ ਸਾਂਭ ਸਕਦੀ ਬੱਚਿਆਂ ਵਰਗਾ ਦਿਮਾਗ ਹੈ ਅਤੇ ਇਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਇਸ ਬੱਚੀ ਦੀ ਜਿਵੇਂ ਪੈਦਾ ਹੋਈ ਹੈ ਇਸਦਾ ਕਸੂਰਵਾਰ ਇਹ ਨਹੀਂ ਹੈ ਕਿ ਅਸੀਂ ਕੁਦਰਤ ਨੂੰ ਦੋਸ਼ ਦੇ ਦਈਏ ਜਾਂ ਪਰਮਾਤਮਾ 'ਤੇ ਸਾਰੇ ਦੋਸ਼ ਸਿੱਟ ਦਈਏ ਕਿਉਂਕਿ ਇਹ ਗਰੀਬ ਪਰਿਵਾਰ ਨੇ ਜਿਹੜੇ ਤਾਂ ਕਿਹਾ ਵੀ ਜਾਂਦਾ ਕਿ ਗਰੀਬ ਘਰਾਂ 'ਚ ਤਾਂ ਰੱਬ ਦਾ ਵਾਸਾ ਹੁੰਦਾ ਅਸਲ ਦੇ ਵਿੱਚ ਨਿਕੰਮਾਪਣ ਕਹਿ ਸਕਦੇ ਹਾਂ ਲਾਪਰਵਾਹੀ ਹੈ ਜਿਹੜੀ ਮਾੜੇ ਪ੍ਰਬੰਧ ਦੀ ਹੈ ਸਰਕਾਰਾਂ ਦੀ ਹੈ ਕਿ ਇਹਨਾਂ ਖੇਤਰਾਂ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਜਿੱਥੇ ਨਹਿਰਾਂ ਦੇ ਵਿੱਚ ਜ਼ਹਿਰੀਲਾ ਪਾਣੀ ਮਿਲਾਇਆ ਜਾ ਰਿਹਾ ਅਤੇ ਉਸ ਪਾਣੀ ਨੂੰ ਪੀਣ ਦੇ ਨਾਲ ਜਿਸ ਤਰ੍ਹਾਂ ਦੇ ਬੱਚੇ ਪੈਦਾ ਹੋ ਰਹੇ ਨੇ ਇਹੀ ਇਹਨਾਂ ਪਿੰਡਾਂ ਦਾ ਸੰਤਾਪ ਹੈ ਜਿਸ ਦੇ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਇੱਕ ਹੋਰ ਤੁਹਾਨੂੰ ਦਿਖਾ ਰਹੇ ਹਾਂ ਚਮੜੀ ਦੀ ਸਮੱਸਿਆ ਦੇ ਪੇਸ਼ੈਂਟ ਨੇ ਜਿਹੜੇ ਚਮੜੀ ਦੇ ਪੇਸ਼ੈਂਟ ਨੇ ਇਹਨਾਂ ਨੂੰ ਵੀ ਜਿਹੜੀ ਇਹ ਸਮੱਸਿਆ ਹੋਈ ਆ ਪਾਣੀ ਤੋਂ ਹੋਈ ਹੈ ਕਿੱਦਾਂ ਸਾਰੇ ਤੁਹਾਨੂੰ ਸਮੱਸਿਆ ਹੋਈ ਹੈ ਖੇਤ 'ਚ ਪਾਣੀ ਲਾਉਂਦੇ ਹੁੰਦੇ ਕਿੰਨੇ ਸਾਲਾਂ ਤੋਂ ਇਹ 2 ਸਾਲਾਂ ਤੋਂ ਇਹਦਾ ਇਲਾਜ ਵੀ ਕਰਵਾਇਆ ਦਵਾਈ ਲਈ ਸੀ ਪਰ ਨਹੀਂ ਸੈੱਟ ਨਹੀਂ ਬੈਠੀ ਕੋਈ ਵੀ ਦਵਾਈ ਹੋਰ ਵੀ ਇਹ ਪੂਰੇ ਸਰੀਰ ਤੇ ਆ ਕੇ ਹੱਥਾਂ ਤੇ ਹੱਥਾਂ ਪੈਰਾਂ ਦੇ ਸਰੀਰ ਤੇ ਵੀ ਜ਼ਿਆਦਾ ਹੋ ਜਾਂਦੀ ਕਈ ਵਾਰ ਖਾਰਸ਼ ਵਗੈਰਾ ਹੋ ਜਾਂਦੀ ਸੀ ਡਾਕਟਰ ਕੀ ਕਹਿੰਦੇ ਨੇ ਠੀਕ ਹੋਊਗੀ ਡਾਕਟਰ ਐਲਰਜੀ ਦੱਸ ਰਿਹਾ ਜੀ ਅਤੇ ਠੀਕ ਤਾਂ ਮੈਡੀਸਨ ਖਾਓ ਇੰਨੀ ਤਾਂ ਠੀਕ ਹੈ ਨਹੀਂ ਤਾਂ ਬਾਅਦ 'ਚ ਨਹੀਂ ਕੀ ਹੁਣ ਤੁਹਾਨੂੰ ਸਮੱਸਿਆ ਹੀ ਬਹੁਤ ਜ਼ਿਆਦਾ ਆਉਂਦੀ ਹੋਊ ਸਾਰੇ ਹੱਥ ਭਰੇ ਹੋਏ ਨੇ ਤੁਹਾਡੇ ਹਾਂਜੀ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਇੰਨੀ ਜ਼ਿਆਦਾ ਕਈ ਵਾਰ ਜ਼ਖਮ ਵੀ ਬਣ ਜਾਂਦੇ ਜੀ ਹੌਲੀ ਹੌਲੀ ਦਾਣੇ ਜਿਹੇ ਹੋ ਕੇ ਦੇਖੋ ਤੁਹਾਡੇ ਨੌਂ ਵੀ ਖਰਾਬ ਹੋ ਰਹੇ ਨੇ ਨੌਂ ਵੀ ਸਾਰੇ ਖਰਾਬ ਹੋਏ ਹੱਥਾਂ ਪੈਰਾਂ ਦੇ ਦੋਨੇ ਖਰਾਬ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ 'ਤੇ ਚਮੜੀ ਦੀ ਸਮੱਸਿਆ ਹੋਈ ਹੈ ਅਤੇ ਇਹ ਨੌਂ ਵੀ ਇਹਨਾਂ ਦੇ ਸਾਰੇ ਜਿਹੜੇ ਸੁੱਕ ਰਹੇ ਨੇ ਖਰਾਬ ਹੋ ਰਹੇ ਨੇ ਪੈਰਾਂ 'ਤੇ ਵੀ ਇਹੀ ਸਮੱਸਿਆ ਪਰ ਇੰਨੀ ਜ਼ਿਆਦਾ ਵੱਡੀ ਬਿਮਾਰੀ ਦੇ ਬਾਵਜੂਦ ਵੀ ਇਹ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਅਤੇ ਖੇਤਾਂ 'ਚ ਪਾਣੀ ਲਾਉਂਦਿਆਂ ਇਹ ਸਮੱਸਿਆ ਹੋਈ ਹੈ ਜਿਹੜਾ ਪਾਣੀ ਖੇਤਾਂ ਨੂੰ ਲਾਉਂਦੇ ਸੀ ਤੁਹਾਡੇ ਪਿੰਡ ਵਾਸੀ ਦੱਸ ਰਹੇ ਨੇ ਕਿ ਉਹੀ ਪਾਣੀ ਤੁਸੀਂ ਪੀਂਦੇ ਸੀ ਹਾਂਜੀ ਹਾਂਜੀ ਉਹੀ ਪਾਣੀ ਪੀਂਦੇ ਵਾਟਰ ਵਰਕਸ 'ਚ ਵੀ ਉਹ ਪਾਣੀ ਆ ਰਿਹਾ ਜੀ ਕੋਈ ਫਿਲਟਰ ਨਹੀਂ ਜੀ ਕਿਸੇ ਤਰ੍ਹਾਂ ਦੇ ਕੁਛ ਉਸ ਤੋਂ ਪਹਿਲਾਂ ਤਾਂ ਨਹੀਂ ਸੀ ਇਹ ਸਮੱਸਿਆ ਨਹੀਂ ਜੀ ਨਹੀਂ ਉਸ ਤੋਂ ਪਹਿਲਾਂ ਬਿਲਕੁਲ ਸਮੱਸਿਆ ਨਹੀਂ ਸੀ ਪਾਣੀ ਕਰਕੇ ਪਾਣੀ ਬਹੁਤ ਮਾੜਾ ਆ ਰਿਹਾ ਜੀ ਬਹੁਤ ਜ਼ਿਆਦਾ ਸੋ ਪੀਣ ਵਾਲੇ ਪਾਣੀ ਦਾ ਹੱਲ ਆ ਜਿਹੜਾ ਉਹ ਨਿਕਲ ਸਕਦਾ
आर ओ सिस्टम लगवाया जा सकता, पर गरीब परिवार ये भी कहते हैं कि असी महीने का खर्चा नहीं दे सकते उस आर ओ सिस्टम का, पर जड़िया डेली दिया होर लोड़ा ने उन्हां लोड़ां दे लई शुद्ध पानी जड़ा ये कित्थों मुहैया होवे, कित्थों आवे पिंडा दे तक शुद्ध पानी, तां जो लोग इन्हां समस्यावां दा सामना ना करन। पर इन्हां समस्यावां दे बावजूद भी, चमड़ी दियां स्किन दियां समस्यावां दे बावजूद भी खेतां जाके दिहाड़ियां करदे ने ये लोग, बेवसी भी है, मजबूरी भी है। सो इस तरह की होर भी बहुत सारे परिवार ने इस पिंड दे विच, वख वख परिवारां दा हाल असीं जान रहे हां, पर जिस तरह दियां इन्हां दियां समस्यावां ने सारे हत्थ ने जिहड़े ओह तकरीबन गले होए ने, ते इन्हां इस सिचुएशन दे विच भी ये मेहनत मजदूरी करते हैं, नौ सुक रहे हैं, पर फिर भी असी वार वार यही गल कहने कि सरकारा नू झाकना चाहिए, इस हल्के दे वल इन्हां पिंडां दे वल देखना चाहिए कि नहरां दे विच जो गंदा ते जहरीला पानी मिलाया जा रहा है ये सब उस दे नतीजे ने। सो पिंड दे विच इक होर परिवार दे कोल पहुंचे हाँ जिथे इस परिवार का जी कैंसर की भेंट चढ़िया, बाबा जी साढ़े नाल ने, बाबा जी थोड़े धर्म पत्नी सी। हाँ जी, और बस रहिंदे सी माली रहे हैं, इत्थे बठिंडे इलाज चलता सी, इलाज नाल चलदे मेरे कन्नां च वी टियां टियां होई जांदी है, हर वक्त ही होई जांदी, हर वक्त नहीं हटदे कि पानी दी वजह ही, होर तो हो ही नहीं सकदा कोई। किन्ना समा होया उन्हां दी डैथ होई? 2 साल हो चले जी, अगले महीने हो जाणगे 2 साल। तुहानू भी समस्या आ रही है? हाँ जी, ਕੰਨਾਂ ਦੀ ਹੋ ਰਹੀ ਹੈ ਮੈਨੂੰ, ਬਹੁਤ ਹੋ ਗਈ ਸੀ ਪਿੱਛੇ ਜੇ, ਤਾਂ ਬਹੁਤ ਕੰਨ ਮਰਿਆ ਮੈਂ, ਹੁਣ ਠੀਕ ਹੋਇਆ ਮਾੜਾ ਜਿਹਾ। ਅਤੇ ਇਲਾਜ ਫਿਰ ਉਹਨਾਂ ਦਾ ਕਿੱਥੋਂ ਚੱਲਦਾ ਰਿਹਾ? ਬਠਿੰਡੇ ਚੱਲਦਾ ਸੀ, ਪਹਿਲਾਂ ਚੰਡੀਗੜ੍ਹ ਰਹਿੰਦੇ ਰਹੇ ਅਸੀਂ, ਫਿਰ ਅਸੀਂ ਤਾਂ ਗਏ ਉੱਥੇ ਇਸੇ ਕਰਕੇ ਸਾਂ, ਪਰ ਇਲਾਜ ਬਠਿੰਡੇ ਚਲਾਉਂਦੇ ਰਹੇ ਅਸੀਂ, ਉਹ ਬਾਅਦ ਡਾਕਟਰ ਇੱਥੋਂ ਪਿੰਡੋਂ ਚੰਡੀਗੜ੍ਹ ਇਸ ਲਈ ਗਏ ਕਿ ਉਹ ਠੀਕ ਹੋ ਜਾਣ। ਠੀਕ ਹੋ ਜਾਣਗੇ, ਪਰ ਨਹੀਂ ਹੋਈ, 4-5 ਸਾਲ ਕੱਟ ਗਏ। ਅਤੇ ਪਰਿਵਾਰ 'ਚ ਹੋਰ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆ ਰਹੀ? ਬੇਟਾ ਨੂੰ ਸੀ, ਉਹਦੇ ਜਿਗਰ 'ਚ ਵੀ ਹੈਗਾ, ਗੈਸ ਬਹੁਤ ਬਣ ਜਾਂਦੀ ਉਹਦੇ, ਟੀਕਾ ਲੱਗਦਾ 2100 ਰੁਪਈਏ ਦਾ ਟੀਕਾ ਲੱਗਦਾ ਹਰ ਮਹੀਨੇ, ਫਿਰ ਠੀਕ ਰਹਿੰਦਾ ਉਹ ਵੀ ਅੱਜ ਗਿਆ ਦਵਾਈ ਲੈਣ ਕਿੱਧਰ ਪਏ। ਬੇਟਾ ਤੁਹਾਡਾ, ਉਹਨੂੰ ਲੀਵਰ ਦੀ ਸਮੱਸਿਆ ਆ ਰਹੀ ਹੈ? ਹਾਂਜੀ ਹਾਂਜੀ, ਲੀਵਰ ਅਤੇ ਸਾਰੀਆਂ ਸਮੱਸਿਆਵਾਂ ਪਾਣੀ ਖਰਾਬ ਪਾਣੀ ਕਰਕੇ ਹੀ ਹੈ ਜੀ, ਹੋਰ ਤਾਂ ਹੋ ਹੀ ਨਹੀਂ ਸਕਦਾ ਕੋਈ ਨੁਕਸ, ਪਾਣੀ ਕਰਕੇ ਹੀ ਹੈਗਾ ਜੀ। ਪਿੰਡ ਦੇ ਵਿੱਚ ਬਹੁਤ ਮੌਤਾਂ ਹੋਈਆਂ ਸਾਡੇ, ਤਾਂ ਪਤਾ ਪਿੰਡ ਦੇ ਵਿੱਚ ਮੌਤਾਂ ਦਾ। ਕੋਈ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ, ਕਿਉਂਕਿ ਤੁਹਾਡੇ ਪਿੰਡ 'ਚ ਜਿਵੇਂ ਅਸੀਂ ਫਿਰ ਰਹੇ ਹਾਂ ਬਹੁਤ ਕਰਦੇ ਨਾ, ਕੀ ਫਾਇਦਾ ਜੀ ਅਪੀਲ, ਸਰਕਾਰਾਂ ਆਪਦੇ MLA ਨੂੰ ਬਚਾਉਣ ਪਿੱਛੇ ਫਿਰ ਉਹਨਾਂ ਕਰਕੇ ਨਹੀਂ ਇਹਨਾਂ ਕਰਨ, ਤਾਂ ਕਰ ਸਰਕਾਰ ਵਾਸਤੇ ਕਈ ਵਾਰ ਗੱਲ ਆਈ ਕਿ ਕਰਨ ਤਾਂ ਪੈਣ, ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਣਦਾ ਨਹੀਂ, ਕੰਨਾਂ ਦਾ ਟੀਂ ਟੀਂ ਹੋਈ ਜਾਂਦੀ ਹਰ ਵਕਤ ਹੀ ਹੋਈ ਜਾਂਦੀ। ਸੋ ਇਹ ਬਜ਼ੁਰਗ ਨੇ ਜਿਹੜੇ, ਇਹਨਾਂ ਦੇ ਧਰਮ ਪਤਨੀ ਜਿਹੜੇ ਕੈਂਸਰ ਦੀ ਭੇਂਟ ਚੜ੍ਹੇ ਨੇ, ਅਤੇ ਪਰਿਵਾਰ ਇਸ ਗੱਲ ਦੇ ਲਈ ਚੰਡੀਗੜ੍ਹ ਮੋਹਾਲੀ ਵੀ ਰਹਿੰਦਾ ਰਿਹਾ ਕਿ ਇਸ ਸਮੱਸਿਆ ਤੋਂ ਛੁਟਕਾਰਾ ਮਿਲੇ, ਜਲਦੀ ਉਹ ਸਿਹਤਯਾਬ ਹੋਣ, ਆਪਣੇ ਪਰਿਵਾਰ 'ਚ ਵਾਪਸ ਆਉਣ, ਕਿਉਂਕਿ ਖਰਾਬ ਪਾਣੀ ਦੀ ਇੰਨੀ ਜ਼ਿਆਦਾ ਸਮੱਸਿਆ ਇਸ ਪਿੰਡ ਦੇ ਵਿੱਚ। ਪਰਿਵਾਰ ਨੂੰ ਇਹ ਲੱਗਦਾ ਸੀ ਕਿ ਜੇਕਰ ਪਿੰਡ ਛੱਡ ਕੇ ਅਸੀਂ ਕਿਸੇ ਹੋਰ ਸ਼ਹਿਰ ਦੇ ਵਿੱਚ ਜਾਵਾਂਗੇ ਤਾਂ ਸ਼ਾਇਦ ਉਹ ਸਿਹਤਯਾਬ ਹੋ ਕੇ ਪਰਿਵਾਰ ਦੇ ਵਿੱਚ ਵਾਪਸ ਆ ਜਾਣਗੇ, ਪਰ ਨਹੀਂ ਵਾਪਸ ਆ ਸਕੇ, ਨਹੀਂ ਸਾਥ ਦਿੱਤਾ, ਸਮੇਂ ਨੇ ਸਾਥ ਨਹੀਂ ਦਿੱਤਾ। ਅਤੇ ਖੁਦ ਵੀ ਇਹਨਾਂ ਦੇ ਬੇਟੇ ਨੂੰ ਲਿਵਰ ਦੀ ਸਮੱਸਿਆ, ਖਰਾਬ ਪਾਣੀ ਦੇ ਕਾਰਨ ਲਿਵਰ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਇਹਨਾਂ ਦੇ ਪੁੱਤਰ। ਸੋ ਇਹ ਸੰਤਾਪ ਹੈ, ਇਸ ਪਿੰਡ ਦੇ ਧਰਾਂਗਾਂ ਵਾਲਾ ਪਿੰਡ ਹੈਗਾ ਜਿਹੜਾ, ਇਸ ਪਿੰਡ ਦੇ ਪਰਿਵਾਰਾਂ ਦਾ ਸੰਤਾਪ ਹੈ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸੋ ਕੀ ਲੱਗਦਾ ਕਿ ਸਰਕਾਰਾਂ ਤੋਂ ਕੋਈ ਉਮੀਦ ਲੱਗਦੀ ਹੈ, ਜਿੰਨਾ ਵੱਡਾ ਸੰਤਾਪ ਹੈਗਾ ਤੁਹਾਡੇ ਪਿੰਡ ਦਾ ਅਤੇ ਆਸ ਪਾਸ ਦੇ ਹੋਰ ਪਿੰਡਾਂ ਦਾ? ਦੇਖੋ ਜੀ, ਹੁਣ ਕੁਛ ਸੋਚ ਸਕਦੇ ਹਾਂ ਕਿ ਇਸ ਵਾਰ ਦੀ ਜਿਹੜੀ ਸਰਕਾਰ ਹੈ ਵੀ ਇਹ ਸ਼ਾਇਦ ਕੁਛ ਹੱਲ ਕਰੇ, ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਤਾਂ ਜ਼ਿਆਦਾਤਰ ਹਿੱਸੇ ਉਹਨਾਂ ਦੇ ਵਿੱਚ ਸੀਗੇ, ਉਹਨਾਂ ਦਾ ਆਪਣਾ ਹੀ ਉਹ ਜਿਹੜਾ ਪਾਣੀ ਫੈਕਟਰੀਆਂ ਦੇ ਵਿੱਚ ਹਿੱਸੇ ਜਾਂ ਆਪਦੀਆਂ ਫੈਕਟਰੀਆਂ ਸੀਗੀਆਂ, ਤਾਂ ਉਦੋਂ ਬੜੀ ਵਾਰੀ ਬੜੇ ਸਾਰੇ ਲੋਕਾਂ ਨੇ ਉਹਨਾਂ ਨੂੰ ਦਿਖਾਇਆ ਵੀ, ਉਹ ਕਾਫੀ ਕੋਸ਼ਿਸ਼ਾਂ ਹੋਈਆਂ ਕਿ ਇਹਨੂੰ ਬੰਦ ਕੀਤਾ ਜਾਵੇ, ਟ੍ਰੀਟਮੈਂਟ ਪਲਾਂਟ ਚਲਾਏ ਜਾਣ, ਟ੍ਰੀਟਡ ਪਾਣੀ ਫਸਲਾਂ ਲਈ ਵਰਤਿਆ ਜਾਵੇ, ਪਰ ਨਹੀਂ, ਕੁਛ ਵੀ ਨਹੀਂ ਹੋਇਆ। ਹਰ ਰੋਜ਼ ਦੇਖਦੇ ਹਾਂ, TV ਦੇ ਉੱਤੇ ਦਿਖਾਇਆ ਜਾਂਦਾ, ਬੜੇ ਜਗ੍ਹਾ 'ਤੇ ਹੋਰ ਸੋਸ਼ਲ ਮੀਡੀਆ 'ਤੇ ਦਿਖਾਇਆ ਜਾਂਦਾ, ਜਦੋਂ ਵੀ ਪਾਣੀ ਦਿਖਾਉਂਦੇ ਕਿ ਸਤਲੁਜ ਦਾ ਪਾਣੀ ਅਤੇ ਨਾਲ ਇੱਕ ਸਾਈਡ 'ਤੇ ਕਾਲਾ ਪਾਣੀ ਚੱਲ ਰਿਹਾ ਹੁੰਦਾ, ਸਾਡੇ ਏਰੀਏ 'ਚ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਹਰ ਸਾਲ ਅਪ੍ਰੈਲ ਦੇ ਵਿੱਚ ਲਗਭਗ ਬੰਦੀ ਆਉਂਦੀ ਹੈ, ਅਤੇ ਜਦੋਂ ਵੀ ਬੰਦੀ ਤੋਂ ਬਾਅਦ ਪਾਣੀ ਆਉਂਦਾ ਤਾਂ ਉਹ ਬੜੇ ਦਿਨ 15-20 ਦਿਨ ਤੱਕ ਪਾਣੀ ਜਿਹੜਾ ਉਹ ਕਾਲੇ ਰੰਗ ਦਾ ਆਉਂਦਾ, ਉਹ ਪੀਣ ਯੋਗ ਤਾਂ ਕੀ ਉਹ ਦੇਖਣ ਯੋਗ ਵੀ ਨਹੀਂ ਹੁੰਦਾ। ਪੀਣ ਯੋਗ ਤਾਂ ਅਸੀਂ ਤਾਂ ਕਹਿ ਸਕਦੇ ਹਾਂ ਕਿ ਅਸੀਂ ਉਹਨੂੰ ਜੇ ਕਿਧਰੇ ਲੈਬੋਰਟਰੀ ਟੈਸਟ ਕਰਾਈਏ, ਲੈਬੋਰਟਰੀ ਟੈਸਟ ਦੀ ਤਾਂ ਲੋੜ ਹੀ ਨਹੀਂ, ਤਾਂ ਆਮ ਅੱਖਾਂ ਦੇ ਨਾਲ ਹੀ ਸਾਨੂੰ ਦਿਖਦਾ ਕਿ ਕਾਲੇ ਰੰਗ ਦਾ ਪਾਣੀ ਹੈ, ਉਹਦੇ 'ਚ ਮੁਸ਼ਕ ਆ ਰਿਹਾ ਹੁੰਦਾ, ਉਹਨੂੰ ਪੀਤਾ ਕਿਸੇ ਤਰ੍ਹਾਂ ਵੀ ਨਹੀਂ ਜਾ ਸਕਦਾ।
ਜਿੱਥੋਂ ਤੱਕ ਸੰਬੰਧ ਹੈਗਾ ਬਿਮਾਰੀਆਂ ਦਾ, ਹੁਣੇ ਤੁਹਾਨੂੰ ਦੱਸ ਕੇ ਹਟੇ ਚਾਚਾ ਜੀ ਕਿ ਮਾਸੀ ਜੀ ਮੇਰੇ ਸੀਗੇ ਚਾਚਾ ਜੀ ਦੇ ਵਾਈਫ, ਉਹ ਲਗਭਗ 6 ਸਾਲ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ। ਉਹਦੇ ਲਈ PGI ਤੋਂ ਹੋਰ ਕਈ ਜਗ੍ਹਾ ਤੋਂ ਉਹਨਾਂ ਦਾ ਟੈਸਟ ਕਰਵਾਏ ਗਏ, ਤਾਂ ਜਦੋਂ ਤੱਕ ਇਹ ਸਾਰਾ ਪਤਾ ਲੱਗਿਆ ਇੱਕ ਕਿ ਬੜੀ ਨਾਮਰਾਦ ਬਿਮਾਰੀ ਹੈ ਕਿ ਇਹਦਾ ਪਤਾ ਹੀ ਉਦੋਂ ਲੱਗਦਾ ਜਦੋਂ ਲਾਸਟ ਸਟੇਜ 'ਤੇ ਪਹੁੰਚ ਜਾਂਦੇ। 4 ਸਾਲ ਤੱਕ ਉਹ ਚਲੋ ਉਸੇ ਟ੍ਰੀਟਮੈਂਟ ਦੇ ਨਾਲ ਆਪਦਾ ਜ਼ਿੰਦਗੀ ਪੂਰੀ ਕਰ ਗਏ। 2 ਸਾਲ ਪਹਿਲਾਂ ਉਹ ਸਾਨੂੰ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਹੁਣ ਜਿਵੇਂ ਉਹਨਾਂ ਦਾ ਬੇਟਾ ਤਾਂ ਲੀਵਰ ਦੀ ਪ੍ਰੋਬਲਮ ਹੈ, ਮੇਰੇ ਫਾਦਰ ਸਾਹਿਬ ਮੇਰੇ ਡੈਡੀ ਨੇ ਉਹਨਾਂ ਨੂੰ 5-6 ਸਾਲ ਤੋਂ ਸਕਿਨ ਦੀ ਪ੍ਰੋਬਲਮ ਹੈ, ਸਰਾਇਸਿਸ ਹੈ। ਜਦੋਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਤਾਂ ਉਹ ਵੀ ਕਹਿੰਦੇ ਇਹ ਤਾਂ ਇੱਕ ਤਰ੍ਹਾਂ ਦਾ ਸਲੋ ਕੈਂਸਰ ਹੀ ਹੈ, ਅਤੇ ਮੈਡੀਸਨ ਲੈਂਦੇ ਰਹੋ ਰੈਗੂਲਰ, ਠੀਕ ਹੈ। ਹੁਣ ਵੀ ਉਹ ਮੈਡੀਸਨ ਲੈਂਦੇ ਆ, ਜਦੋਂ ਥੋੜ੍ਹੀ ਲੈਂਦੇ ਆ ਦਵਿਆ ਹੋਇਆ, ਪਰ ਉਹ ਸਾਧਨ ਲਈ ਦਵਿਆ ਨਹੀਂ ਰਹੂਗਾ। ਤਾਂ ਚਾਹੁੰਦੇ ਹਾਂ ਕਿ ਸਰਕਾਰਾਂ, ਚਲੋ ਹੁਣ ਨਵੀਂ ਸਰਕਾਰ ਹੈ, ਇਮਾਨਦਾਰ ਵੀ ਕਹਿੰਦੀ ਹੈ, ਤਾਂ ਚਾਹੁੰਦੇ ਹਾਂ ਕਿ ਇਹ ਹੀ ਕੁਛ ਕਰਨ ਕਮ ਸੇ ਕਮ ਹੋਰ, ਨਹੀਂ ਤਾਂ ਜਿਹੜਾ ਇਸ ਤਰ੍ਹਾਂ ਦੇ ਸੀਵਰੇਜ ਦੇ ਪਾਣੀ ਹੈਗੇ ਆ ਜਾਂ ਫੈਕਟਰੀਆਂ ਦੇ ਮਾੜੇ ਪਾਣੀ ਹੈਗੇ ਆ, ਉਹਨੂੰ ਕਿਸੇ ਅਲੱਗ ਦੇਸ਼ਾਂ ਦੇ ਵਿੱਚ ਲੈ ਕੇ ਜਾਣ, ਕੋਈ ਅਲੱਗ ਉਹਦਾ ਪ੍ਰਬੰਧ ਕਰਨ ਕਿ ਉਹਨੂੰ ਕਿੱਧਰ ਲੈ ਕੇ ਜਾਣਾ, ਕਿੱਥੋਂ ਦੀ ਕੱਢਣਾ। ਦੂਸਰੀ ਗੱਲ ਇਹ ਵੀ ਹੈ ਕਿ ਜੇ ਉਹਨੂੰ ਅਸੀਂ ਖੁੱਲ੍ਹੇ ਨਾਲਿਆਂ ਰਾਹੀਂ ਕੱਢਦੇ ਹਾਂ ਤਾਂ ਸੀਪੇਜ ਦੀ ਉਦੋਂ ਵੱਡੀ ਪ੍ਰੋਬਲਮ ਹੈ, ਸੀਪੇਜ ਨਾਲ ਵੀ ਤਾਂ ਸਾਡੀ ਧਰਤੀ ਦਾ ਪਾਣੀ ਖਰਾਬ ਹੋ ਰਿਹਾ। ਇਸ ਏਰੀਏ 'ਚ ਇੱਥੋਂ ਦੇ ਜਿਹੜੇ ਕੈਮੀਕਲ ਵਰਤਦੇ ਆ ਉਹਦੇ ਨਾਲ ਵੀ ਪਾਣੀ ਖਰਾਬ ਹੋ ਰਿਹਾ, ਅਤੇ ਉਸ ਏਰੀਏ 'ਚ ਤੋਂ ਜਿਹੜਾ ਆ ਰਿਹਾ ਉਹ ਇੰਨੀ ਮਾਤਰਾ ਦੇ ਵਿੱਚ ਪਾਣੀ ਉਹਦੀ ਸੀਪੇਜ ਥੱਲੇ ਜਾ ਰਹੀ ਹੈ, ਉਹ ਤਾਂ ਕਿਸੇ ਤਰ੍ਹਾਂ ਵੀ ਪੀਣੀ ਯੋਗ ਨਹੀਂ ਹੈ। ਆਪਾਂ ਦੇਖ ਹੀ ਰਹੇ ਹਾਂ ਰੋਜ਼, ਹਰ ਰੋਜ਼ ਅਖਬਾਰਾਂ ਦੇ ਵਿੱਚ, ਹੋਰ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਕਿੰਨੇ ਲੋਕ ਹਰ ਰੋਜ਼ ਮਾੜੇ ਪਾਣੀ ਕਰਕੇ ਬੜੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੈ ਔਰ ਮਰ ਰਹੇ ਵਿਚਾਰੇ। ਤੁਹਾਡਾ ਇਲਾਕਾ ਹੈ ਜਿਹੜਾ, ਖਾਸ ਕਰਕੇ ਮੁਕਤਸਰ, ਮਲੋਟ, ਫਾਜ਼ਿਲਕਾ, ਹੋਰ, ਇਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਕਿਹਾ ਜਾਂਦਾ ਹੈ ਨਾ। ਇਸ ਏਰੀਏ 'ਚ ਲੰਬਾ ਸਮਾਂ ਉਹਨਾਂ ਨੇ ਰਾਜ ਵੀ ਕੀਤਾ, ਉਹਨਾਂ ਦੀ ਸਰਕਾਰ ਰਹੀ, ਜਦੋਂ ਉਹਨਾਂ ਦੀ ਸਰਕਾਰ ਸੀ, ਕਿਉਂਕਿ ਇਹ ਸਮੱਸਿਆ ਅੱਜ ਦੀ ਤਾਂ ਹੈ ਨਹੀਂ ਗੀ। ਜਿਵੇਂ ਅਸੀਂ ਪਿੰਡ ਦੇ ਵਿੱਚ ਵਿਚਰ ਰਹੇ ਹਾਂ, ਲੋਕ ਦੱਸ ਰਹੇ ਕਿ ਪਹਿਲਾਂ ਛੋਟੇ ਪੱਧਰ 'ਤੇ ਸੀਗੀਆਂ ਬਿਮਾਰੀਆਂ, ਹੁਣ ਕੈਂਸਰ ਤੱਕ ਪਹੁੰਚ ਗਈਆਂ, ਤਾਂ ਉਸ ਵੇਲੇ ਵੀ ਸਰਕਾਰਾਂ ਦੇ ਧਿਆਨ ਦੇ ਵਿੱਚ ਤਾਂ ਹੋਊਗਾ, ਅਕਾਲੀ ਦਲ ਦੇ ਧਿਆਨ 'ਚ ਹੋਊਗਾ, ਕਿਸੇ ਤਰ੍ਹਾਂ ਦੇ ਕੋਈ ਉਪਰਾਲੇ ਨਹੀਂ ਕੀਤੇ ਗਏ, ਉਹਨਾਂ ਦਾ ਖੁਦ ਦਾ ਆਪਣਾ ਇਲਾਕਾ ਹੋਵੇ। ਜੇ ਸੱਚ ਕਹੀਏ ਤਾਂ ਇਹ ਹੈਗਾ ਜੀ ਕਿ ਸਾਰੇ ਆਪਦੀ ਸਿਆਸੀ ਰੋਟੀਆਂ ਸਿੱਖਦੇ ਕਿ ਇੱਕ ਲੀਡਰ ਬੋਲਦਾ ਦੂਸਰੇ ਦੇ ਖਿਲਾਫ ਕਿ ਤੇਰੀ ਫੈਕਟਰੀ ਦਾ ਪਾਣੀ ਆ ਰਿਹਾ, ਬਾਅਦ ਵਿੱਚ ਪਤਾ ਲੱਗਦਾ ਜੀ ਉਹਦੇ ਪਿਛਲੇ ਪਾਸੇ ਉਸ ਦੀ ਆਪਣੀ ਫੈਕਟਰੀ ਵੀ ਸੀਗੀ, ਉਹਦਾ ਪਾਣੀ ਉਸੇ ਤਰ੍ਹਾਂ ਪੈ ਰਿਹਾ, ਕਿ ਉਹ ਸਿਰਫ ਸਿਆਸੀ ਲਾਹਾ ਲੈਣ ਵਾਸਤੇ ਸਿਰਫ ਗੱਲਾਂ ਕਰਦੇ ਆ, ਹਾਲੇ ਤੱਕ ਕੋਈ ਇਹਦਾ ਪਰਮਾਨੈਂਟ ਹੱਲ ਕੀ ਟੈਂਪਰੇਰੀ ਹੱਲ ਵੀ ਨਹੀਂ ਕੀਤਾ ਗਿਆ। ਤੁਹਾਡਾ ਪਿੰਡ ਜਾਂ ਆਸ ਪਾਸ ਦੇ ਹੋਰ ਹਲਕੇ ਦੇ ਪਿੰਡ ਹੈਗੇ ਨੇ ਜਿਹੜੇ, ਕਦੇ ਇਸ ਤਰ੍ਹਾਂ ਹੋ ਸਕਦਾ ਕਿ ਜੇਕਰ ਵਿਧਾਇਕ ਨਹੀਂ ਬੋਲ ਰਹੇ, ਸਰਕਾਰਾਂ ਨਹੀਂ ਬੋਲ ਰਹੀਆਂ, ਤਾਂ ਲੋਕ ਖੁਦ ਹੀ ਇਕੱਠੇ ਹੋਣ, ਖੁਦ ਪ੍ਰੋਟੈਸਟ ਕਰਨ, ਆਵਾਜ਼ ਬੁਲੰਦ ਕਰਨ, ਕੋਈ ਇਸ ਤਰ੍ਹਾਂ ਦੀ ਮੂਵਮੈਂਟ ਖੜੀ ਕਰਨ ਕਿ ਸਾਡੇ ਲਈ ਸਾਡੀਆਂ ਜ਼ਿੰਦਗੀਆਂ ਦਾ ਸਵਾਲ ਹੈ? ਹਾਂ, ਸ਼ਾਇਦ ਹੁਣ ਹੋ ਸਕਦਾ, ਕਿਉਂਕਿ ਹੁਣ ਤੱਕ ਤਾਂ ਕਿਸਾਨ ਨੂੰ ਇਹ ਸੀਗਾ ਕਿ ਸ਼ਾਇਦ ਮੈਂ ਐਜੀਟੇਸ਼ਨ ਨਹੀਂ ਕਰ ਸਕਦਾ, ਮੈਂ ਵਿਰੋਧ ਨਹੀਂ ਕਰ ਸਕਦਾ। ਅੱਜ ਤੱਕ ਤਾਂ ਇਹ ਹੁੰਦਾ ਆ ਕਿ ਜਦੋਂ ਮੁਲਾਜ਼ਮ ਵਰਗ ਸਟ੍ਰਾਈਕ ਕਰਦਾ ਸੀ ਤਾਂ ਉਹ ਇਹ ਸੋਚਦੇ ਸੀ ਸ਼ਾਇਦ ਇਹ ਪੈਸੇ ਲਈ ਸਟ੍ਰਾਈਕ ਕਰਦੇ, ਪਰ ਹੁਣ ਉਹਨਾਂ ਨੂੰ ਵੀ ਪਤਾ ਲੱਗਣ ਲੱਗਿਆ। ਔਰ ਆਹ ਜਿਹੜੀ ਮੂਵਮੈਂਟ ਸੀਗੀ ਥੋੜ੍ਹੇ ਦਿਨ ਪਹਿਲਾਂ ਵਾਲੀ, ਇਹਦੇ ਵਿੱਚ ਕਾਫੀ ਲੋਕ ਜਾਗਰਿਤ ਹੋਏ ਆ, ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਪ੍ਰੋਬਲਮ ਸਾਨੂੰ ਆਉਂਦੀਆਂ ਤਾਂ ਲੋਕ ਇਕੱਠੇ ਹੋ ਕੇ ਇਹਨਾਂ ਵਾਸਤੇ ਵੀ ਪ੍ਰੋਟੈਸਟ ਕਰਨ। ਪਿੰਡਾਂ ਦੇ ਵਿੱਚ ਜਦ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ, ਪਿੰਡ ਵਾਸੀਆਂ ਨੂੰ ਸਿਹਤ ਦੀ ਸਮੱਸਿਆ ਹੁੰਦੀ ਹੈ, ਤਾਂ ਉਸ ਵੇਲੇ ਇੱਕੋ ਇੱਕ ਸਹਾਰਾ ਡਿਸਪੈਂਸਰੀ ਹੁੰਦੀ ਹੈ, ਪਿੰਡ ਦੀ ਡਿਸਪੈਂਸਰੀ ਹੁੰਦੀ ਹੈ। ਪਰ ਤ੍ਰਾਸਦੀ ਇਹ ਹੈ ਕਿ ਜਿਸ ਪਿੰਡ ਦੇ ਹਰ ਇੱਕ ਘਰ ਦੇ ਵਿੱਚ ਪੇਸ਼ੈਂਟ ਹੈ, ਤਰਾਂਗ ਵਾਲਾ ਪਿੰਡ, ਹਰ ਇੱਕ ਘਰ ਦੇ ਵਿੱਚ ਪੇਸ਼ੈਂਟ ਹੈ, ਉਸ ਪਿੰਡ ਦੀ ਆਹ ਡਿਸਪੈਂਸਰੀ ਹੈ। ਡਿਸਪੈਂਸਰੀ ਦਾ ਅਸੀਂ ਤੁਹਾਨੂੰ ਹਾਲ ਦਿਖਾ ਰਹੇ ਹਾਂ, ਅਤੇ ਕਿੰਨੇ ਹੀ ਸਾਲਾਂ ਤੋਂ ਇਹ ਡਿਸਪੈਂਸਰੀ ਹੈ ਜਿਹੜੀ ਇਹ ਬੰਦ ਪਈ ਹੈ, ਅਤੇ ਇੱਥੇ ਨਾ ਕੋਈ ਡਾਕਟਰ ਹੈ, ਨਾ ਕੋਈ ਫਾਰਮਾਸਿਸਟ ਹੈ। ਹਾਲਤ ਤੁਸੀਂ ਦੇਖ ਸਕਦੇ ਹੋ, ਪੁਰਾਣੀ ਬਿਲਡਿੰਗ ਹੈ, ਖਸਤਾ ਹਾਲ ਬਿਲਡਿੰਗ ਹੈ, ਔਰ ਦਰਵਾਜ਼ਿਆਂ ਨੂੰ ਜਿਹੜੇ ਲੌਕ ਲੱਗੇ ਹੋਏ ਨੇ, ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਲੱਗੇ ਹੋਏ ਨੇ, ਔਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪਿੰਡ ਦੇ ਜਿਸ ਹਲਕੇ ਦੇ ਵਿੱਚ ਇਹ ਪਿੰਡ ਪੈਂਦਾ ਹੈ, ਉੱਥੇ ਸਰਕਾਰਾਂ ਆਈਆਂ, ਸਰਕਾਰਾਂ ਚਲੀਆਂ ਗਈਆਂ, ਕਦੇ ਅਕਾਲੀ ਆਏ, ਕਦੇ ਕਾਂਗਰਸੀ ਆਏ, ਅਤੇ ਹੁਣ ਆਮ ਆਦਮੀ ਪਾਰਟੀ ਹੈ। ਪਰ ਇਹਨਾਂ ਪਿੰਡਾਂ ਦੇ ਵੱਲ ਕਦੋਂ ਧਿਆਨ ਜਾਊਗਾ ਸਰਕਾਰਾਂ ਦਾ, ਜਿਹੜੀ ਸਰਕਾਰ, ਖਾਸ ਕਰਕੇ ਜੇਕਰ
आम आदमी पार्टी की गल करिए आम आदमी पार्टी दावा करती है दिल्ली मॉडल का, दिल्ली मॉडल के सब तो पहला सेहत सहूलत की गल करती है आम आदमी पार्टी, पर सवाल है तो चैलेंज भी है भगवंत मान की सरकार के अगे कि असी ग्राउंड जीरो पर जाके पिंडा के हालात थोनू दिखा रहे हैं कि ਧਰਾਂਗ वाला पिंड है जोड़ा उस पिंड सेहत सहूलत का की हाल है, जिस पिंड तकरीबन सारा पिंड ही पेशेंट है इस वेले किसी नूं स्किन की समस्या कैंसर के पेशेंट ने मंदबुद्धि बच्चे पैदा हो रहे हैं पर उसके नाल नाल होर किन्नियां निक्कियां निक्कियां समस्यावां खराब पानी के कारण हो रही ने, खराब पानी है जिहड़ा खराब पानी की समस्या नूं ठीक करना भी सरकार की जिम्मेवारी है, पर पिंडां दे विच जिहड़ी मुढ़ली लोड़ हुंदी है सेहत सहूलतां इह उहनां दा हाल असीं तुहानूं दिखा रहे हां। पिंड की डिस्पेंसरी का हाल है, पिंड वासी दस रहे ने कि कोई 45 साल पुरानी बिल्डिंग है उस तरह खड़ी है तो इसके पिछले साइड जिहड़ा एक पोर्शन बनाया होया सी उस वेले जो भी इत्थे मेन डॉक्टर ने MBBS डॉक्टर होणगे उन्हां दी रिहायश दा प्रबंध है जिहड़ा वह भी सरकार दे वल्लों कीता गया सी पिछले 45 साल पहला, वह इमारत भी असीं तुहानूं दिखा रहे हैं उस इमारत दे विच भी इस वेले आवारा पशु ने जिहड़े वह फिरदे रहिंदे ने, खंडर बनी हुई है डिस्पेंसरी खंडर बनी हुई है सारी दी सारी इमारत खंडर बनी हुई है, घा उग्गिया होया एवें लगदा कि किन्ने ही सालों तो इस इमारत नूं खोलिया ही नहीं गया, तो जिन्हें विधायक रहे ने इस खेत्र दे भावें वह अकाली दल की सरकार होवे भावें कांग्रेस की सरकार होवे तां की उन्हां नूं सवाल करना नहीं बनता कि जिन्हां लोकां ने वोटां पा के तुहानूं चुनिया सत्ता दे विच लैके आंदा तुसीं उन्हां लोकां दे वल मुड़ के नहीं देखिया, तो हुण नवीं सरकार है आम आदमी पार्टी की, पर सवाल यह भी है कि हुण आम आदमी पार्टी की सरकार इस पिंड दे वल देखेगी मुड़ के देखेगी, इत्थे भी आम आदमी पार्टी के विधायक ने जिहड़े सवाल उन्होंने भी है चैलेंज उन्होंने अगे भी है कि हुण वह इस पिंड दे वल मुड़ के देखणगे, जिस दिल्ली मॉडल की गल आम आदमी पार्टी करती है सेहत सहूलत की गल करती है कि इस पिंड दे विचों सेहत सहूलत ने जड़ियाँ मुहैया करवाइया जाणगियां, इधर एक कमरा भी है मैं अपने कैमरामैन नूं कहूँगी कि आह कमरा भी जरूर दिखाया जाए, जो पिंड वासी दस रहे हैं कि यह कमरा है जिहड़ा इत्थे दवाइया रखन दे लई जिहड़ा इह कमरा श्रोमणी अकाली दल की सरकार दे वल्लों बनाया गया सी, पर इस नूं शुरू ही नहीं किया गया, यह जिवें बनाया उवें दा उवें पिया, इस नूं शुरू ही नहीं किया गया, इत्थों दवाइया ने जिहड़ियां पिंड वासियां नूं ओह मुहैया करवाइया जाणियां सन पर जिदा बनाया उदा ही यह कमरा लॉक किया पाया, एक दिन के लिए भी नहीं खोलिया गया, कुछ पिंड वासी साढ़े नाल जुड़े ने असी उन्हां दे नाल जरूर इस दे बारे गलबात करांगे कि किन्ने ही सालों तो यह डिस्पेंसरी बंद पई है, तो लोकां जदों किसी भी तरह की समस्या लोगों को आती है तो उस वेले लोग कित्थे जाते हैं, हालत असी देख रहे हैं खंडर बनी हुई है पिंड की डिस्पेंसरी, पर वड्डा सवाल है कि जो कोई समस्या वैसे तो सारा पिंड ही थोड़ा पेशेंट ने सारे पिंड दे विच फिर भी निक्कियां मुट्टियां समस्यावां आउंदियां ने तो कित्थे जाते हैं पिंड वासी, अबोर जाना पैंदा जी इत्थों 20 किलोमीटर अबोर जाना पैंदा इलाज लई, इत्थे पिंड च तां तुसीं साडी खंडर बिल्डिंग देख ही लई है, इत्थे डॉक्टर है पर जो बिल्डिंग ही नहीं डॉक्टर की करनगे जी, तुहाडे पहला भी सरकारां आईयां गईयां पहला भी विधायक रहे ने अकाली दल दे रहे कांग्रेस दे रहे पिंड वासियां दे वल्लों इह मंग उन्हां अगे कीती गई कि मुढ़लियां सहूलतां ने घट्टो घट्टे तां मुहैया करवाओ, बेनतियां असीं पिछले 20-25 सालां तों ही कर रहे हैं पर हुण असीं नवीं सरकार नूं भी बेनती करदे हां, साडे ऐतकी बल्लूआणा तों नौजवान MLA बणे आ असीं उहनूं भी बेनती करदे हां साडा वीर है भी उह साडे हॉस्पिटल दा साडियां जिहड़ियां इन्नियां प्रॉब्लम है पिंड 'च सेहत सहूलतां वल ध्यान दित्ता जावे, कितने सालों तो यह बिल्डिंग बंद पई है, यह 15 सालों तो बंद पई है जी बिल्डिंग, बुरा हाल है तो खंडर ही बन चुकी है, डॉक्टर भी कोई आने तैयार नहीं गया, तो इस तरह की बिल्डिंग कि डॉक्टर आएगा जी, तुसीं भाजी खुद डॉक्टर हो वैटनरी दे जिवें पिंड वासी दस रहे थे इतने पशुओं को भी समस्यावां हो रही ने खराब पानी दे, हाँ जी मैं प्राइवेट डॉक्टर हाँ जी इतने तो पशुओं को भी बहुत ज़्यादा समस्या हो रही जिवें कि बंदियां दी समस्या तो तुहानूं पता ही लग गया, तो पशुआं दा भी बहुत ज़्यादा बुरा हाल है जी क्योंकि पशुआं दी जिहड़ी दुध दी मात्रा बहुत घट रही है साडे पिंड 'च, जिहड़ा छोटा जिमीदार आ जां कोई डेयरी फार्म आ इस एरिए 'च फेल हो रहे जी पानी करके क्योंकि पशुआं दा उन्ना दुध दी मात्रा नहीं पैदा हो रही तो उहदे नाल घाटा पै रहा जी, होर किस तरह दीआं बीमारियां ने जिहड़ियां पशुआं नूं लग रही, पशुआं नूं बहुत तरह दीआं समस्या आ रहीआं जी जिहदे करके भी पशु दा वेट नहीं बन रहा जी, सारे वड्डी समस्या पशु 4-4, 5-5 साल की उम्र हो जाती है उस घर खड़ा अखीर मालक फार्मर तंग आके उन्हें छड्ड दिंदा जी, आम ज़्यादा साढ़े एरिए पशु आवारा पशु बहुत ज़्यादा है इस एरिए
ਇਹ ਜਿਹੜੀ ਡਿਸਪੈਂਸਰੀ ਆ ਹੁਣ ਇਹ ਅਵਾਰਾ ਪਸ਼ੂਆਂ ਦਾ ਰਹਿਣ ਬਸੇਰਾ ਬਣੀ। ਹਾਂਜੀ, ਇੱਥੇ ਤੁਸੀਂ ਸ਼ਾਮ ਨੂੰ ਆ ਕੇ ਦੇਖ ਲਿਓ ਜੀ, 15-20 ਅਵਾਰਾ ਪਸ਼ੂ ਆਰਾਮ ਨਾਲ ਹੁੰਦੇ ਆ ਜੀ। ਆ ਨਾਲ ਸਾਡੇ ਪਾਰਕ ਆ, ਕੱਲ੍ਹ ਪਰਸੋਂ ਪਾਰਕ ਦਾ ਗੇਟ ਖੁੱਲ੍ਹਾ ਰਹਿ ਗਿਆ ਅਤੇ ਪਸ਼ੂ ਅੰਦਰ ਵੜ ਗਏ ਜੀ, ਅਤੇ ਉਹਦੇ ਕਰਕੇ ਸਾਰੇ ਜਿਵੇਂ ਨੁਕਸਾਨ ਕੀਤਾ ਜੀ। ਕੱਲ੍ਹ ਅਸੀਂ ਉੱਥੇ ਤਾਲਾ ਲਵਾਇਆ ਜੀ ਦੁਬਾਰਾ, ਅਤੇ ਪਸ਼ੂ ਤਾਂ ਬਹੁਤ ਜ਼ਿਆਦਾ ਜੀ ਇੱਥੇ। ਪਿੰਡ ਦੇ ਸਰਪੰਚ ਜਿਹੜੇ ਤੁਹਾਡੇ ਹੈਗੇ ਨੇ, ਉਹਨਾਂ ਦੇ ਨਾਲ ਵੀ ਕਦੇ ਇਸ ਤਰ੍ਹਾਂ ਤੁਸੀਂ ਹੁਣ ਗੱਲਬਾਤ ਕੀਤੀ ਹੈ ਕਿ ਆਪਾਂ ਹੰਭਲਾ ਮਾਰੀਏ ਥੋੜ੍ਹਾ ਜਿਹਾ, ਕਿ ਪੇਸ਼ੈਂਟ ਤਾਂ ਚਲੋ ਪਾਣੀ ਦੀ ਸਮੱਸਿਆ ਤਾਂ ਹੈ ਹੀ ਹੈ ਵੱਡੀ, ਜਿਹੜੀਆਂ ਸਮੱਸਿਆਵਾਂ ਇਹ ਜਿਵੇਂ ਸਿਹਤ ਦੀ ਸਮੱਸਿਆ ਹੈ ਜਾਂ ਪਸ਼ੂਆਂ ਨੂੰ ਲੈ ਕੇ ਉਹਨਾਂ ਦਾ ਕੋਈ ਰਹਿਣ ਬਸੇਰਾ ਚੰਗੇ ਤਰੀਕੇ ਨਾਲ ਕੀਤਾ ਜਾਵੇ, ਜਾਂ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੰਦ ਪੈ ਰਿਹਾ ਪਹਿਲਾਂ ਹੀ, ਕਿਉਂਕਿ ਗੰਦਗੀ ਨਾਲ ਵੈਸੇ ਹੀ ਬਹੁਤ ਸਮੱਸਿਆਵਾਂ ਪੈਦਾ ਹੁੰਦੀਆਂ ਨੇ, ਖਾਸ ਕਰਕੇ ਸਿਹਤ ਸਹੂਲਤਾਂ ਦੇ ਸੰਬੰਧੀ ਕੋਈ ਸਰਪੰਚ ਨਾਲ ਗੱਲਬਾਤ ਹੋਈ ਕਿ ਆਪਾਂ ਅੱਗੇ ਜਾਈਏ ਵਿਧਾਇਕ ਦੇ ਨਾਲ ਗੱਲ ਕਰੀਏ ਕੋਈ ਹੰਭਲਾ ਮਾਰੀਏ? ਨਹੀਂ, ਸਰਪੰਚਾਂ ਨਾਲ ਗੱਲ ਹੋਈ ਹੈ ਜੀ, ਉਹਨਾਂ ਨੇ ਵੀ ਇਦੋਂ ਪਹਿਲਾਂ 2-3 ਵਾਰੀ ਮੁੱਦਾ ਉਠਾਇਆ ਜੀ, ਮਗਰ ਉਹ ਜ਼ਿਆਦਾ ਕੋਈ ਅਸਰ ਨਹੀਂ ਹੋਇਆ ਜੀ ਪ੍ਰਸ਼ਾਸਨ 'ਤੇ। ਅਤੇ ਦੂਸਰੀ ਗੱਲ, ਡਾਕਟਰ ਵਗੈਰਾ ਹੈਗੇ ਆ ਜੀ ਸਾਡੇ ਪਿੰਡ 'ਚ ਹੈਗੇ, ਉਹਨਾਂ ਨੂੰ ਆਖ ਦਿੰਦੇ ਆ ਵੀ ਜਿਵੇਂ ਕੋਈ ਕੰਮ ਕਾਰ ਉਵੇਂ ਚੱਲ ਰਹੇ ਆ ਜੀ, ਮਗਰ ਜ਼ਿਆਦਾ ਕੁਛ ਸਾਨੂੰ ਰਿਸਪੋਂਸ ਨਹੀਂ ਮਿਲ ਰਿਹਾ। ਸੋ ਪਿੰਡ ਦੇ ਹਾਲਾਤ ਨੇ ਜਿਹੜੇ ਗਰਾਊਂਡ ਜ਼ੀਰੋ ਤੋਂ ਅਸੀਂ ਤੁਹਾਨੂੰ ਉਹ ਦਿਖਾ ਰਹੇ ਹਾਂ, ਇਹ ਸਿਰਫ ਇੱਕ ਪਿੰਡ ਦੇ ਹਾਲਾਤ ਨਹੀਂ ਹੈਗੇ, ਇਸ ਹਲਕੇ ਦੇ ਤਕਰੀਬਨ ਹਰ ਪਿੰਡ ਦੀ ਇਹ ਕਹਾਣੀ ਹੈ। ਪਰ ਜੋ ਪਿੱਛੇ ਡਿਸਪੈਂਸਰੀ ਦਿਖ ਰਹੀ ਹੈ, ਇਹ ਮੂੰਹ ਚੜਾ ਰਹੀ ਹੈ ਉਹਨਾਂ ਸਰਕਾਰਾਂ ਦਾ ਵੀ ਜੋ ਸੱਤਾ ਦੇ ਵਿੱਚ ਰਹੀਆਂ, ਅਤੇ ਨਵੀਂ ਸਰਕਾਰ ਦੇ ਲਈ ਵੀ ਇਹ ਵੱਡਾ ਚੈਲੇਂਜ ਹੈ। ਮੈਂ ਤਾਂ ਇਹ ਕਹਾਂਗੀ ਕਿ ਇਹ ਬਿਲਡਿੰਗ ਹੀ ਨਵੀਂ ਸਰਕਾਰ ਦੇ ਲਈ ਵੱਡਾ ਚੈਲੇਂਜ ਹੈ। ਤੁਸੀਂ ਦਿੱਲੀ ਮਾਡਲ ਪੰਜਾਬ ਦੇ ਵਿੱਚ ਲੈ ਕੇ ਆਉਣਾ, ਤਾਂ ਤੁਹਾਨੂੰ ਪੰਜਾਬ ਦੇ ਗਰਾਊਂਡ ਜ਼ੀਰੋ 'ਤੇ ਜਾ ਕੇ ਦੇਖਣਾ ਪਏਗਾ ਕਿ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਲੋੜੀਂਦੀਆਂ ਨੇ, ਕਿਉਂਕਿ ਦਿੱਲੀ ਮਾਡਲ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ ਦੀ ਗੱਲ ਕਰਦੀ ਹੈ, ਪਰ ਜਿਸ ਤਰ੍ਹਾਂ ਦੇ ਹਾਲਾਤ ਇਸ ਪਿੰਡ ਦੀ ਡਿਸਪੈਂਸਰੀ ਦੇ ਨੇ, ਵੱਡਾ ਸਵਾਲ ਹੈ ਅਤੇ ਵੱਡਾ ਚੈਲੇਂਜ ਹੈ ਸਰਕਾਰ ਦੇ ਸਾਹਮਣੇ ਕਿ ਕੀ ਇਸ ਪਿੰਡ ਦੇ ਵਿੱਚ, ਜਿਸ ਪਿੰਡ ਦੇ ਹਰ ਇੱਕ ਘਰ ਦੇ ਵਿੱਚ ਪੇਸ਼ੈਂਟ ਹੈ, ਕੀ ਇਸ ਪਿੰਡ ਦੇ ਵਿੱਚ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਸਰਕਾਰ ਮੁਹੱਈਆ ਕਰ ਪਾਏਗੀ? ਇੱਕ ਹੋਰ ਪਿੰਡ ਵਾਸੀ ਸਾਡੇ ਨਾਲ ਜੁੜੇ ਨੇ, ਇਕਬਾਲ ਸਿੰਘ, ਜਿਹੜੇ ਖੁਦ ਕੈਂਸਰ ਦੀ ਬਿਮਾਰੀ ਦੇ ਨਾਲ ਜੂਝਦੇ ਰਹੇ ਅਤੇ ਹੁਣ ਉੱਭਰੇ ਨੇ ਇਸ ਬਿਮਾਰੀ 'ਚੋਂ। ਸਰ, ਕਿਵੇਂ ਪਤਾ ਲੱਗਿਆ ਸੀ ਅਤੇ ਕਿਵੇਂ ਨਿਕਲੇ ਹੋ ਤੁਸੀਂ ਇਸ ਬਿਮਾਰੀ 'ਚੋਂ? 2013 ਦੇ ਵਿੱਚ ਮੈਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਇਸ ਜਗ੍ਹਾ 'ਤੇ ਇੱਕ ਟਿਊਮਰ ਹੈ, ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਸ ਤੋਂ ਬਾਅਦ ਮੈਂ ਚੰਡੀਗੜ੍ਹ PGI ਚਲਾ ਗਿਆ, ਉੱਥੋਂ ਮੈਨੂੰ ਸੁਜੈਸਟ ਕੀਤਾ ਕਿ ਬਠਿੰਡੇ ਡਾਕਟਰ ਦਲਜੀਤ ਸਿੰਘ ਢਿੱਲੋਂ ਨੇ, ਉਹਨਾਂ ਕੋਲ ਮੈਂ ਚਲਾ ਗਿਆ, ਉਹ ਮੇਰੇ ਰਿਲੇਟਿਵ ਨੇ, ਉਹਨਾਂ ਨੇ ਮੇਰੀ ਸਰਜਰੀ ਕੀਤੀ। ਉਸ ਤੋਂ ਬਾਅਦ ਬਚਣ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਚਲੋ ਜੋ ਜ਼ਿੰਦਗੀ 'ਚ ਬੋਨਸ ਮਿਲ ਗਿਆ ਇਹਨੂੰ ਅਜਾਈ ਨਾ ਜਾਣ ਦਿੱਤਾ ਜਾਵੇ, ਤਾਂ ਹੁਣ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਲੜ ਰਹੇ ਹਾਂ। ਇਹਦੇ ਵਿੱਚੋਂ ਕਾਰਨ ਉਹੀ ਪਾਣੀ ਦੀ ਸਮੱਸਿਆ, ਜਿਵੇਂ ਸਾਰਾ ਪਿੰਡ ਹੀ ਕਹਿ ਰਿਹਾ। ਸਭ ਤੋਂ ਵੱਡੀ ਗੱਲ ਤਾਂ ਹੈ ਕਿ ਜਿਹੜਾ ਸਾਡੇ ਇੱਥੇ ਗਰਾਊਂਡ ਵਾਟਰ ਹੈ ਉਹ ਪੀਣ ਯੋਗ ਨਹੀਂ ਹੈ, ਅਤੇ ਇਹ ਜਿਹੜਾ ਨਹਿਰਾਂ ਦਾ ਪਾਣੀ ਪੀ ਰਿਹਾ ਸਾਰੀ ਉਸੇ ਨਾਲ ਹੀ ਸਮੱਸਿਆ ਹੋ ਰਹੀ ਹੈ ਸਾਨੂੰ। ਇਹ ਇੰਨਾ ਮਾੜਾ ਪਾਣੀ ਹੈ ਕਿ ਇਨਸਾਨਾਂ ਦੇ ਪੀਣਾ ਤਾਂ ਕੀ, ਜਾਨਵਰਾਂ ਦੇ ਪੀਣ ਦੇ ਵੀ ਲਾਇਕ ਨਹੀਂ ਹੈ। ਅਤੇ ਅਵੇਅਰਨੈਸ ਕੀ ਕਰੇਗੀ, ਜਦੋਂ ਆਉਣਾ ਹੀ ਨਹਿਰਾਂ ਦੇ ਵਿੱਚ ਉਹ ਪਾਣੀ ਹੈ ਅਤੇ ਉਹੀ ਸਾਨੂੰ ਪੀਣਾ ਪੈਣਾ ਹੈ। ਤੁਸੀਂ ਕੈਂਸਰ 'ਚੋਂ ਉੱਭਰੇ ਹੋ, ਬਾਹਰ ਨਿਕਲੇ ਹੋ ਇਸ ਬਿਮਾਰੀ 'ਚੋਂ, ਬਹੁਤ ਵੱਡੀ ਬਿਮਾਰੀ ਹੁੰਦੀ ਹੈ ਅਤੇ ਪਤਾ ਲੱਗਦਾ ਜਿਵੇਂ ਤੁਸੀਂ ਕਹਿੰਦੇ ਹੋ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਹੋਰ ਵੀ ਪਰਿਵਾਰਾਂ ਨੂੰ ਮਿਲੇ ਆ, ਜੀ ਤੁਰ ਗਏ ਨੇ ਉਹਨਾਂ ਦੇ, ਪਰ ਤੁਸੀਂ ਨਿਕਲੇ ਹੋ, ਇੱਕ ਵੱਡਾ ਸਬਕ ਵੀ ਹੈ ਬਾਕੀਆਂ ਦੇ ਲਈ ਵੀ, ਹੁਣ ਵੀ ਕੋਈ ਉਸ ਤਰ੍ਹਾਂ ਦੇ ਪਰਹੇਜ਼ ਕਰ ਰਹੇ ਹੋ, ਜਾਂ ਹੁਣ ਲੱਗਦਾ ਬੋਨਸ ਜਿਵੇਂ ਤੁਸੀਂ ਕਹਿ ਰਹੇ ਹੋ ਬੋਨਸ 'ਚ ਮਿਲੀ ਜ਼ਿੰਦਗੀ, ਹੁਣ ਫਿਰ ਕਿਵੇਂ ਕੀ ਮਹਿਸੂਸ ਹੁੰਦਾ? ਮੈਨੂੰ ਜਿਸ ਦਿਨ ਪਤਾ ਲੱਗਿਆ ਸੀ ਉਸ ਤੋਂ 21ਵੇਂ ਦਿਨ ਮੇਰੀ ਸਰਜਰੀ ਹੋ ਗਈ ਸੀ, ਔਰ ਉਸ ਤੋਂ ਬਾਅਦ ਮੈਂ ਤਾਂ ਇਹੀ ਸੋਚ ਲਿਆ ਸੀਗਾ ਕਿ ਜਿੰਨਾ ਟਾਈਮ ਬਚਿਆ ਇਸ ਨੂੰ ਜਿਵੇਂ ਵੀ ਬਚ ਕੇ ਨਿਕਲਿਆ ਜਾ ਸਕਦਾ ਔਰ ਦੂਜਿਆਂ ਨੂੰ ਬਚਾਇਆ ਜਾਵੇ ਉਹ ਸਭ ਤੋਂ ਬੈਸਟ ਹੈ। ਉਦੋਂ ਤੋਂ ਲੈ ਕੇ ਮੈਂ ਅੱਜ ਤੱਕ ਖੰਡ ਨਹੀਂ ਕਦੇ ਘਰੇ ਖਰੀਦੀ। ਖੰਡ ਦੀ ਜਗ੍ਹਾ ਸ਼ੱਕਰ, ਗੁੜ ਅਤੇ ਸ਼ਹਿਦ। ਅਤੇ ਜੇ ਬਾਕੀ ਪਿੰਡ ਵਾਸੀ ਨੇਗੇ ਉਹਨਾਂ ਦੇ ਨਾਲ ਵੀ ਜਿਹੜੇ ਪਰਿਵਾਰਾਂ ਦੇ ਵਿੱਚ ਇਹ ਸਮੱਸਿਆ, ਪਹਿਲਾਂ ਤਾਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿਹੜੀ ਸਟੇਜ ਸੀ ਤੁਹਾਡੀ? ਮੇਰੀ ਫਸਟ ਸਟੇਜ ਸੀ, ਔਰ ਮੈਂ ਇਸ ਗੱਲੋਂ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਮੈਨੂੰ ਫਸਟ ਸਟੇਜ 'ਤੇ ਪਤਾ ਲੱਗ ਗਿਆ, ਔਰ ਜਿਨ੍ਹਾਂ ਨੇ ਮੇਰੀ ਸਰਜਰੀ ਕੀਤੀ ਉਹ ਮੇਰੇ ਰਿਲੇਟਿਵ ਸੀ ਡਾਕਟਰ। ਤਾਂ ਹਰੇਕ ਇੰਨਾ ਲੱਕੀ ਨਹੀਂ ਹੁੰਦਾ ਕਿ ਫਸਟ ਸਟੇਜ 'ਤੇ ਪਤਾ ਲੱਗ ਜਾਏ ਜਾਂ ਡਾਕਟਰ ਉਹਨਾਂ ਦਾ ਰਿਸ਼ਤੇਦਾਰ ਹੋਵੇ। ਇਹ ਮੰਨਦੇ ਹੋ ਕਿ ਜੇ ਪਿੰਡ ਵਾਸੀ ਮਤਲਬ ਜਦੋਂ ਇਹ ਪ੍ਰੋਬਲਮ ਸਮੱਸਿਆ ਸ਼ੁਰੂ ਹੁੰਦੀ ਹੈ ਜੇ ਉਦੋਂ ਤੋਂ ਹੀ ਥੋੜ੍ਹਾ ਧਿਆਨ ਦੇਣ ਤਾਂ ਸ਼ਾਇਦ ਜ਼ਿੰਦਗੀਆਂ ਬਚ ਜਾਣ? ਧਿਆਨ ਤਾਂ ਸਾਰੇ ਦੇ ਰਹੇ ਆ ਜੀ ਆਪਣੇ ਵੱਲੋਂ, ਪਰ ਜਿਹੜੀਆਂ ਸਾਡੇ ਹੱਥ ਨੇ, ਕੁਦਰਤ ਦੇ ਹੱਥ ਨੇ ਚੀਜ਼ਾਂ, ਜੋ ਸਾਨੂੰ ਪਾਣੀ ਪਰੋਸਿਆ ਜਾ ਰਿਹਾ, ਇਹ ਸਭ ਤੋਂ ਵੱਡਾ ਕਾਰਨ ਹੈ ਕਿ ਪਾਣੀ ਕਰਕੇ ਕੈਂਸਰ ਦੀ ਪ੍ਰੋਬਲਮ, ਸਕਿਨ ਪ੍ਰੋਬਲਮ ਜਾਂ ਕਿਡਨੀ ਫੇਲੀਅਰ, ਇੱਦਾਂ ਦੀਆਂ ਪ੍ਰੋਬਲਮ ਜਿਹੜੀਆਂ ਪਾਣੀ ਕਰਕੇ ਹੀ ਹੋ ਰਹੀਆਂ।
ਤੁਸੀਂ ਖੁਦ ਉਭਰੇ ਹੋ ਇੱਕ ਵੱਡੀ ਬਿਮਾਰੀ ਚੋਂ, ਹੈ ਨਾ, ਜਿਹਦੀ ਜਿਹੜੀ ਨਾਲ ਘਰਾਂ ਦੇ ਘਰ ਲੈ ਜਾਂਦੀ ਆ, ਘਰਾਂ ਦੀ ਆਰਥਿਕਤਾ ਵੀ ਲੈ ਜਾਂਦੀ ਆ, ਹੈ ਨਾ, ਨਾ ਪਰਿਵਾਰਾਂ ਦੇ ਜੀਅ, ਜਿਵੇਂ ਪਹਿਲਾਂ ਵੀ ਕਿਹਾ, ਨਾ ਪਰਿਵਾਰਾਂ ਦੇ ਜੀਅ ਰਹਿੰਦੇ ਆ ਅਤੇ ਘਰਾਂ ਦੀ ਆਰਥਿਕਤਾ ਵੀ ਹਿੱਲ ਜਾਂਦੀ ਆ। ਹੁਣ ਕੋਈ ਸਰਕਾਰ ਅੱਗੇ ਕੋਈ ਮੰਗ ਰੱਖਦੇ ਹੋ, ਕੋਈ ਕਹਿਣਾ ਚਾਹੋਗੇ ਕਿ ਜਿੰਨਾ ਸੰਤਾਪ ਤੁਹਾਡਾ ਪਿੰਡ ਅਤੇ ਆਸ ਪਾਸ ਦੇ ਹੋਰ ਪਿੰਡ ਹੰਢਾਰੇ ਨੇ, ਕੁਛ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੋ ਪੰਜਾਬ 'ਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹ ਦਿੱਲੀ ਮਾਡਲ ਦੇ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਹੀ ਇਹਨਾਂ ਦੀ ਸਰਕਾਰ ਬਣੀ ਹੈ। ਸਾਨੂੰ ਇਹਨਾਂ ਤੋਂ ਬਹੁਤ ਉਮੀਦ ਹੈ ਕਿ ਇਹ ਸਾਡੀਆਂ ਇਹਨਾਂ ਸਮੱਸਿਆਵਾਂ ਵੱਲ ਧਿਆਨ ਦੇਣਗੇ ਅਤੇ ਸਾਨੂੰ ਆਉਣ ਵਾਲੇ ਟਾਈਮ 'ਚ ਇਹਨਾਂ ਭਿਆਨਕ ਬਿਮਾਰੀਆਂ ਤੋਂ ਬਚਾਉਣਗੇ, ਪਾਣੀਆਂ ਦਾ ਸੁਧਾਰ ਕਰਨਗੇ। ਪਿੱਛੇ ਦੇਖ ਸਕਦੇ ਹੋ, ਇਹ ਦੇਖਣ ਨੂੰ ਇਹ ਲੱਗ ਸਕਦਾ, ਇਹਨੂੰ ਵਾੜਾ ਕਿਹਾ ਜਾਂਦਾ ਮਾਲਵੇ ਦੇ ਵਿੱਚ, ਜਿੱਥੇ ਪਸ਼ੂ ਰੱਖੇ ਜਾਂਦੇ ਆ ਉਸਨੂੰ ਵਾੜਾ ਕਿਹਾ ਜਾਂਦਾ, ਅਤੇ ਉੱਥੇ ਇਨਸਾਨਾਂ ਦਾ ਬੈਠਣਾ ਸਾਹ ਲੈਣਾ ਮੁਸ਼ਕਿਲ ਹੁੰਦਾ ਕਿਉਂਕਿ ਪਸ਼ੂ ਜਿਸ ਤਰੀਕੇ ਦੇ ਨਾਲ ਇੱਥੇ ਇਹਨਾਂ ਨੇ ਆਪਣਾ ਜਿਸ ਤਰ੍ਹਾਂ ਦਾ ਮਾਹੌਲ ਹੁੰਦਾ ਇੱਥੋਂ ਸਫੋਕੇਸ਼ਨ ਹੁੰਦੀ ਹੈ। ਪਰ ਹੈਰਾਨੀ ਹੋਏਗੀ ਤੁਹਾਨੂੰ ਕਿ ਇੱਕ ਮੰਦਬੁੱਧੀ ਨੌਜਵਾਨ ਆ ਜਿਹੜਾ ਉਹ ਇਸ ਵਾੜੇ ਦੇ ਵਿੱਚ ਰੱਖਿਆ ਹੋਇਆ, ਉਹਦਾ ਮੰਜਾ ਇੱਧਰ ਹੈ, ਤੁਸੀਂ ਇੱਧਰ ਦੇਖ ਸਕਦੇ ਹੋ ਕਿ ਜਿੱਥੇ ਹੈ ਇੱਥੇ ਹੀ ਪਸ਼ੂ ਨੇ, ਡੰਗਰ ਨੇ, ਅਤੇ ਇੱਥੇ ਹੀ ਮੰਜਾ ਹੈ ਜਿਹੜਾ ਉਹ ਲੱਗਿਆ ਹੋਇਆ, ਅਤੇ ਪਰਿਵਾਰ ਕਹਿ ਰਿਹਾ ਕਿ ਅਸੀਂ ਬੇਵੱਸ ਹਾਂ, ਸਾਡੇ ਕੋਲ ਜਗ੍ਹਾ ਹੀ ਨਹੀਂ ਹੈ ਕਿ ਅਸੀਂ ਇਸ ਨੂੰ ਕਿਸੇ ਹੋਰ ਰੱਖ ਸਕੀਏ, ਕਿਤੋਂ ਇਲਾਜ ਕਰਵਾ ਸਕੀਏ। ਹਾਲਾਤ ਦੇਖ ਸਕਦੇ ਹੋ, ਮੰਜੇ ਦੇ ਹਾਲਾਤ ਨੇ ਜਿਹੜੇ, ਔਰ ਜੋ ਉਹ ਕੰਬਲ ਰੱਖੇ ਹੋਏ ਨੇ ਮਿੱਟ ਨਾਲ ਭਰੇ ਹੋਏ ਆ, ਔਰ ਮੰਜਾ ਵੀ ਜਿਹੜਾ ਇੱਥੇ ਪਿਆ, ਇੰਝ ਲੱਗਦਾ ਜਿਵੇਂ ਕਾਫੀ ਸਮੇਂ ਤੋਂ ਉਹਨੂੰ ਸਾਫ਼ ਹੀ ਨਹੀਂ ਕੀਤਾ। ਔਰ ਪਰਿਵਾਰਕ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਇੱਥੇ ਕਾਹਤੋਂ ਰੱਖਿਆ ਹੋਇਆ? ਇੱਥੇ ਜਿਵੇਂ ਕੋਈ ਪਰਿਵਾਰ ਆਵੇ ਕਿ ਵੀ ਮੈਂ ਖੇਤ ਕੋਈ ਤੁਰ ਜਾਵਾਂ ਜਾਂ ਇੱਕ ਲੋਰੇ ਜੇ ਕਰਨਾ, ਫਿਰ ਗੇਟ ਵੀ ਬੰਦ ਕਰਨਾ ਪੜਾ। ਪਰ ਇੱਥੇ ਤਾਂ ਐਵੇਂ ਨਾ, ਗਰਮੀ ਵੀ ਬਹੁਤ ਜ਼ਿਆਦਾ ਹੈ, ਅਤੇ ਲੇਟ ਆਵੇ ਜਾਂ ਪੰਖੋ ਲਗਾ ਦਿਆਂ, ਜੇ ਮੈਂ ਖੇਤੋਂ ਆਈ ਆ ਤਾਂ ਪਹਿਲਾਂ ਗੇੜੀ ਫਲੀ ਫੁਲੀ ਤੋੜਾ। ਤੁਸੀਂ ਮਾਂ ਹੋ ਅਤੇ ਮਾਵਾਂ ਤਾਂ ਆਪਦੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਹੁੰਦੀਆਂ ਨੇ, ਹੈ ਨਾ, ਸੈਂਸਿਟਿਵ ਹੁੰਦੀਆਂ ਨੇ, ਤੁਹਾਡਾ ਤੁਹਾਨੂੰ ਦੇਖ ਕੇ ਇਹਨਾਂ ਨੂੰ ਆਏ ਨਹੀਂ ਹੁੰਦਾ ਕਿ ਕਿਵੇਂ ਕਿਹੜੇ ਹਾਲਾਤਾਂ ਦੇ ਵਿੱਚ ਬੈਠੇ ਨੇ? ਉਹ ਤਾਂ ਗੁਣੋ ਹੀ ਆ ਵੀ ਕੀ ਕਰਾਂ, ਦਿਹਾੜੀ ਤਾਂ ਫਿਰ ਮਾੜਾ ਮੋਟਾ ਖੇਤ ਮੈਂ ਵੀ ਕਰਨਾ ਪੜਾ, ਸਬਜ਼ੀ ਬੀਜ ਰੱਖੀ ਹੈ, ਤੁੜਾਈ ਪਰ ਤੁੜਾ ਮੈਂ ਸੱਗ ਸਾਨੂੰ ਪੜਾ ਮੰਨਾ ਦਿਹਾੜੀ ਪਰ ਵੀ। ਬਚਪਨ ਤੋਂ ਹੀ ਇਹ ਕਿ ਬਾਅਦ 'ਚ ਹੋਏ ਨੇ ਵੀ ਉਹ ਬਚਪਨ ਵੀ ਛੋਟੋ ਜਨ ਥਾ ਕੌਣ ਪੜਿਓ ਯਾਰ, ਬੜੋ ਹੋਇਓ ਜਿੱਦ ਠਾ ਪੜਿਓ ਵੀ ਮਾਰੂ ਬੂਮ ਤਾਂ ਬਚਪਨ ਕੋਈ ਆ, ਫਿਰ ਉਹ ਬੜੋ ਹੋਇਓ ਪੱਗਾਂ ਚੱਲਿਓ ਕੌਣ ਜਨ ਮਾਰ ਬੂਮ ਜਦ ਕੋਈ ਆਈ, ਪਹਿਲਾਂ ਛੋਟੋ ਜਨ ਥਾ ਕੌਣ ਪੜਿਓ। ਪਰਿਵਾਰ 'ਚ ਹੋਰ ਵੀ ਕਿਸੇ ਨੂੰ ਕੋਈ ਸਮੱਸਿਆ? ਹਾਂ ਇਹਨਾਂ ਨੂੰ ਇੱਕ ਹੀ। ਉਮਰ ਕਿੰਨੀ ਹੈ? ਉਮਰ 24 ਸਾਲ। 24 ਸਾਲ ਦਾ ਨੌਜਵਾਨ ਹੈ, ਪਰ ਤੁਸੀਂ ਇੰਨਾ ਤਾਂ ਕਰ ਸਕਦੇ ਹੋ ਨਾ ਕਿ ਜਿਵੇਂ ਮੰਜੇ ਦੀ ਹਾਲਤ ਹੈ, ਮੰਜਾ ਐਂ ਲੱਗਦਾ ਜਿਵੇਂ ਝਾੜਿਆ ਹੀ ਨਹੀਂ ਹੁੰਦਾ ਕਿੰਨੇ ਸਾਲਾਂ ਤੋਂ? ਵੀ ਇਹ ਤਾਂ ਨਵਾਵਾਂ ਜਨ ਦਊਂ ਮੈਂ ਮਨ 'ਚੋ, ਮੈਂ ਵੀ ਇਹ ਬਣਵਾਉਂਗੀ। ਅਤੇ ਜਿਹੜੇ ਉਹ ਕੰਬਲ ਪਏ ਨੇ ਉਹ ਵੀ ਬਹੁਤ ਜ਼ਿਆਦਾ, ਤਾਂ ਕੰਬਲ ਤੋਂ ਫਿਰ ਹੱਥ ਉਡਾਵਾਂ ਇੱਕ ਨੀਚੇ ਵਿਛਾਵਾਂ, ਰੋਜ਼ਗੀ ਤਾਂ ਵੀ ਮੈਂ ਥਾਂ ਥਾਈ ਵੀ ਧੁੱਪੇ ਕੋਣ ਕੋਈ 5-7 ਦਿਨ ਆਉਂ ਧੁੱਪੇ। ਅਤੇ ਵੀਲ ਚੇਅਰ ਦੀ ਵਰਤੋਂ ਨਹੀਂ ਕਰਦੇ? ਬਸ ਅਬ ਉਂਤੀ ਮੈਂ ਲੜੀ ਅਬ ਸਪਰੇ ਕਰ ਗਏ ਦਿਨ ਗਿਆ ਛੋਰੋ ਜਨ ਉਤਾਰ ਗਈ ਰੱਠੀ ਮਹਿਲ ਦੀ, ਬਾ ਮੈਂ ਇੰਨਾ ਆਈ ਕੋਨੀ ਵੀ ਖੇਤ ਨੂੰ ਆ ਕੇ ਸਿੱਧੀ ਮਾਂ ਚਾਹ ਬਣਾਉਣ ਲੱਗ ਗਈ, ਮੈਂ ਆਪ ਗਿਆ ਸਬਜ਼ੀ ਲੈ ਗਏ ਦਿਨ। ਸੋ ਉੱਧਰ ਵੀਲ ਚੇਅਰ ਵੀ ਦਿਖਾਓ, ਉੱਧਰ ਵੀਲ ਚੇਅਰ ਹੈ ਜਿਹੜੀ ਇਹਨਾਂ ਦੀ ਉਹ ਪਈ ਹੈ, ਅਤੇ ਇੰਝ ਲੱਗ ਰਿਹਾ ਜਿਵੇਂ, ਔਰ ਕੋਲੇ ਕੁਛ ਮੈਡੀਸਨਸ ਵੀ ਨੇ, ਇਹ ਮੈਡੀਸਨਸ ਕਾਹਦੀਆਂ ਨੇ? ਇਹ ਸਪਰੇ ਹੈ ਖੇਤ ਮੈਂ ਆਪਾਂ ਇਹ ਸਪਰੇ ਆ। ਸੋ ਇਹ ਵੀਲ ਚੇਅਰ ਤੁਸੀਂ ਦੇਖ ਸਕਦੇ ਹੋ, ਵੀਲ ਚੇਅਰ ਦੇ ਉੱਤੇ, ਵੀਲ ਚੇਅਰ ਤੇ ਜਿਹੜੇ ਕੱਪੜੇ ਪਏ ਆ ਉਹ ਵੀ ਇਹਨਾਂ ਦੀ ਆ? ਹਾਂ ਇਹ ਬਈ ਹੈਗਾ ਕੱਪੜਾ ਕਿਹਨਾਂ ਦਾ? ਇਹਨਾਂ। ਔਰ ਜੋ ਕੱਪੜੇ ਇਹਨਾਂ ਦੇ ਪਹਿਨਣ ਵਾਲੇ ਕੱਪੜੇ ਆ ਉਹ ਵੀਲ ਚੇਅਰ ਤੇ ਪਏ ਨੇ। ਹਾਲਤ ਦੇਖੋ ਤੁਸੀਂ, ਮੰਜੇ ਦੀ ਹਾਲਤ ਦੇਖੋ, ਕਿੰਨਾ ਗੋਹਾ ਲੱਗਿਆ ਹੋਇਆ ਔਰ ਕਿੰਨਾ ਜ਼ਿਆਦਾ ਮਿੱਟ ਇਸ 'ਤੇ ਚੜਿਆ ਹੋਇਆ, ਧੂੜ ਮਿੱਟੀ। ਕੰਬਲਾਂ ਦੀ ਹਾਲਤ ਦੇਖੋ, ਪਰ ਦੇਖੀ ਨਹੀਂ ਜਾ ਰਹੀ ਇਸ ਨੌਜਵਾਨ ਦੀ ਹਾਲਤ, ਦੇਖੀ ਨਹੀਂ ਜਾ ਰਹੀ ਕਿਸ ਤਰ੍ਹਾਂ ਦੀ ਹਾਲਤ ਹੈ। ਅਪਾਹਜ ਨੇ, ਅਪੰਗ ਨੇ, ਮੰਦਬੁੱਧੀ ਨੇ, ਪਰ ਡੰਗਰਾਂ ਵਾਲੇ ਵਾੜੇ ਦੇ ਵਿੱਚ ਇਹਨਾਂ ਨੂੰ ਰੱਖਿਆ ਹੋਇਆ। ਪਰਿਵਾਰ ਇਹ ਕਹਿੰਦਾ ਕਿ ਸਾਡੇ ਕੋਲ ਜਗ੍ਹਾ ਹੀ ਨਹੀਂ ਹੈ, ਅਸੀਂ ਰੱਖੀਏ ਕਿੱਥੇ? ਅਤੇ ਮਾਂ ਇਸ ਦੀ ਸਾਂਭ ਸੰਭਾਲ ਕਰ ਰਹੀ ਹੈ। ਦੇਖੋ ਤੁਸੀਂ, ਇਹਨਾਂ ਨੂੰ ਵੈਸੇ ਸਮਝ ਹੈ ਕਿ ਸਮਝ ਵੀ ਹੈ ਨਹੀਂ, ਕਿਸੇ ਨੂੰ ਪਹਿਚਾਣਦੇ ਆ? ਹਾਂ ਵੀ ਪਛਾਣ ਲਿਆ, ਰੋਟੀ ਮੰਗਦੇ ਆ, ਚਾਹ ਮੰਗਦੇ ਆ, ਟੱਟੀ ਸਭ ਗੁੱਠਾ ਕੌਣ ਪੜਾ, ਬੋਲਦੇ ਵੀ ਨੇ? ਹਾਂ ਵੀ ਬੋਲਿਆ ਵੀ ਆਪ ਆ ਗਿਆ ਨਹੀਂ ਤਾਂ ਕਿਸੇ ਬੈਠ ਜਾਓ, ਚਾਹ ਬਣਾ ਦਿਆ, ਮੰਮੀ ਕੁਰਸੀ ਲਿਆ ਦੇ, ਚਾਹ ਅਸੀਂ ਗੱਲ ਕਰੀਏ ਕਰਨਗੇ? ਹਾਂ ਕਰ ਲਿਆ ਵੀ ਆ। ਤੁਹਾਡਾ ਨਾਮ ਕੀ ਹੈ? ਇੱਥੇ ਗਰਮੀ ਨਹੀਂ ਲੱਗਦੀ? ਗਰਮ ਲੱਗ ਗਿਆ।
ਫਿਰ ਤੁਸੀਂ ਕਹਿੰਦੇ ਨਹੀਂ ਆਪਣੇ ਮੰਮਾ ਨੂੰ ਕਹਿੰਦੇ ਨਹੀਂ ਹੈਗੇ ਵੀ ਮੈਨੂੰ ਪੱਖੇ ਥੱਲੇ ਕਰ ਦੋ ਬੰਕ ਲਗਾ ਦੇ ਇਲਾਜ ਵੀ ਕਰਵਾਇਆ ਇਹਨਾਂ ਦਾ ਹਾਂ ਇਲਾਜ ਕਰਾਇਆ ਪਹਿਲਾਂ अब भी मैं तो अक गया भी अब माने डॉक्टर का भी वो ठीक तो है कौन मैं कहा 3 लाख रुपया अभी थे जमा करा दो ऑपरेशन कर दिया जो मरे तो थारो था जिया तो थारो ते परिवार की आर्थिकता का साधन की है सब्जियां का काम हाँ सब्जी को काम करा भी सब्जी मोल लिया कि आप कह भी आप कने है जमीन मोल ले हो कि भी आप दी उगाने हो हाँ कि आप की उगावा कि मोल लिया वहाँ भी ग्वार फली हुई भिंडी हुई अत लगाईड़ा और अपने सब्जी भी मंडी में लियावा ਸਬਜ਼ੀਆਂ ਦਾ ਹੀ ਕਾਰੋਬਾਰ ਹੈ ਤੁਸੀਂ ਹੱਸਦੇ ਬੜਾ ਹੋ ਹੈ ਮਨੋਜ ਨੌ ਹੀ ਨਹੀਂ ਕੱਟੇ ਇੰਨੇ ਨੌ ਕਾਲੇ ਕਾਲੇ ਕਾਹਤੋਂ ਕੀਤੇ ਹੋਏ ਨੇ ਸਮਝ ਕੁਛ ਗੱਲਾਂ ਦੀ ਆਉਂਦੀ ਹੈ ਕੁਛ ਗੱਲਾਂ ਦੀ ਨਹੀਂ ਆਉਂਦੀ ਪਰ ਮਾਸੂਮੀਅਤ ਵੀ ਦੇਖੀ ਜਾ ਸਕਦੀ ਔਰ ਬਹੁਤ ਹੀ ਜ਼ਿਆਦਾ ਮਨ ਭਰਦਾ ਇਸ ਪੂਰੀ ਸਥਿਤੀ ਨੂੰ ਦੇਖ ਕੇ ਜੋ ਕਮਰੇ ਦੇ ਹਾਲਾਤ ਨੇ ਜੋ ਇਸ ਨੌਜਵਾਨ ਦੇ ਹਾਲਾਤ ਨੇ ਜਿਵੇਂ ਇਸਨੂੰ ਵੀਲਚੇਅਰ ਦੇ ਉੱਤੇ ਇਸ 'ਤੇ ਕੱਪੜੇ ਪਏ ਆ ਔਰ ਗੰਦਗੀ ਦੇ ਨਾਲ ਭਰੇ ਹੋਏ ਕੱਪੜੇ ਨੇ ਮੰਜੇ ਦੇ ਉੱਤੇ ਵੀ ਗੰਦਗੀ ਆ ਕੰਬਲਾਂ 'ਚ ਵੀ ਔਰ ਪੂਰਾ ਜਿੱਥੇ ਇਹਨਾਂ ਦਾ ਮੰਜਾ ਹੈ ਪਸ਼ੂਆਂ ਦੇ ਵਾੜੇ ਦੇ ਵਿੱਚ ਹੈ ਪਰਿਵਾਰ ਕਹਿ ਰਿਹਾ ਕਿ ਸਾਡੀ ਮਜਬੂਰੀ ਹੈ ਪਰ ਕਾਰਨ ਕੀ ਹੈ ਇਹਦਾ ਕਾਰਨ ਕੀ ਸਮਝਦੇ ਹੋ ਕਿ ਇੱਦਾਂ ਇਹਨਾਂ ਨੂੰ ਸਮੱਸਿਆ ਹੋਈ ਹੈ ਮੰਦਬੁੱਧੀ ਨੇ ਕੀ ਕਾਰਨ ਹੈ कारण कि भी पानी कमी है भी पानी गंदो आवे भी पानी भी कोई शोई कोई रोग लग गया और अब के पानी पीने वास्ते नहर दा पानी वरत दे पीने वास्ते धरती वाला पिया नहर वाला पीने वाला ही कौन है गंदो आवे धरती वाला पीने हां धरती वाला पीने पिंडा च जेड़ा गंदो ही है कौन बढ़िया कौन अपना टब सेम है हां सेम वाला पानी पिंडा च आरओ सिस्टम भी लग्या हुंदा है ओदी ओदा पानी नहीं वरतदे हां तो अब गम्मू ठंडा है भी कद लेवा में इति दूर थले वाला घरे की बोर करवाया होया घरे थले वाला पानी किवें मैं खेत में बठू जावा हां घरे तो डिगी बनाई डी नहर को पानी वाला घरे नहरी पानी वरत दे मतलब नहाने ले कपड़े धोने ले नहरी पानी वरत हां नान भी कपड़ा धोने भी पीन भी लेवा सो नहरी पानी वरतदा सी ये परिवार भी और बच्चा जेड़ा वो मंदबुद्धि है इस पिंड के हालात ने तरंग वाला पिंड दे विच खड़े हैं जिथे किन्ने ही घर के हालात असीं तुहानूं पहला दिखा चुके हैं तो एक होर परिवार गरीब परिवार है पर इस परिवार का नौजवान मुंडा जिहड़ा क्योंकि पुत हुंदे ने घर च खुशी हुंदी है मापिआं नूं कि सानूं सांभण वाला कोई जम पिआ पर जदों इस हालात दे विच पुत पए होण तां उस वेले मापिआं दा मन तां भरदा ही है देखण वालिआं दा वी भरदा है कि जिन्हां ने मापिआं नूं सांभणिआ उह मापिआं नूं सांभणे पै रहे ने सो त्रासदी है इस पिंड की पर कामना जरूर करते हैं कि इस पिंड वर्गे होर पिंड ना हो इसलिए सरकार इन पिंडा दे वल ध्यान देन सो ये जिदा के हालात पे ने गए है ना ये बारे की कहना चाहोगे जो साड़ी सिस्टम के खिलाफ लड़ाई असी लड़ रहे हैं उहदे च जिन्हां लोगों ने साढ़े दरियावां नूं गंदा किया जो लोग बुढ़े नाले राही सतलुज इदा का माड़ा पानी पा रहे हैं वो एक बारी आके इस बच्चे नू देख लैन जे उन्हां नू लगे कि उन्हां दे पानी नाल नहीं नुकसान हुंदा तां भावें इस तो डबल पानी पा देना असी कोई विरोध नहीं करांगे जे उन्हां दी जमीर इस गल लई इजाजत दिंदी है कि उदां दा पानी पा के साडे इदां दे बच्चे पैदा होण तां उह जिन्ना मर्जी कर लैन सानू उहदे ते कोई इतराज़ नहीं पर जे उन्हां दे सीने अंदर दिल है तो आके एक बारी ये देख लैन असी जो लड़ाई लड़ रहे हैं इसे करके लड़ रहे हैं कि साडियां आउण वालियां नस्लां बच जाण पर उन्हां ने तुसी देख लो भी इसने ਪਿੰਡਾਂ ਨੂੰ ਕੀ ਦਿੱਤਾ ਇਹ ਸਾਡੇ ਪਿੰਡਾਂ ਨੂੰ ਨਹੀਂ ਹਾਲਾਂਕਿ ਇਹ ਅੱਧਾ ਰਾਜਸਥਾਨ ਵੀ ਜਿਹੜਾ ਸਤਲੁਜ ਦਾ ਪਾਣੀ ਪੀਂਦਾ ਉੱਥੇ ਵੀ ਇਹੀ ਹਾਲਾਤ ਨੇ ਇਸ ਤਰ੍ਹਾਂ ਦੇ ਹਾਲਾਤ ਕਿਉਂਕਿ ਆਪਾਂ ਕਾਫੀ ਪਿੰਡ ਵੈਸੇ ਤਾਂ ਘੁੰਮਿਆ ਕਾਫੀ ਘਰਾਂ 'ਚ ਗਏ ਆ ਕਿੰਨੇ ਕੁ ਬੱਚੇ ਨੇ ਜਿਸ ਤਰ੍ਹਾਂ ਦੇ ਇਹਦੇ ਹਾਲਾਤ ਹੈ ਇਦਾਂ ਦੇ 5-6 ਬੱਚੇ ਨੇ ਇਸ ਤੋਂ ਥੋੜ੍ਹੇ ਜਿਹੜੇ ਘੱਟ ਨੇ ਜਿਹੜੇ ਕਿ ਫਿਰ ਵੀ ਮਤਲਬ ਪਰਿਵਾਰ 'ਤੇ ਬੋਝ ਦੀ ਤਰ੍ਹਾਂ ਨੇ ਉਹ 40 ਕੁ ਬੱਚੇ ਨੇ 3300 ਦੇ ਕਰੀਬ ਵੋਟ ਹੈ ਸ਼ਾਇਦ ਤੁਹਾਡੇ ਪਿੰਡ 3800 ਹਾਂਜੀ ਸੋ 15 ਪਲੱਸ ਕੇਸ ਇਸ ਪਿੰਡ ਦੇ ਵਿੱਚ ਕੈਂਸਰ ਦੇ ਇਸ ਵੇਲੇ ਪੇਸ਼ੈਂਟ ਹੈਗੇ ਨੇ ਤੇ 21 ਦੇ ਵਿੱਚ ਜਿੰਨੀਆਂ ਮੌਤਾਂ ਹੋਈਆਂ ਨੇ ਇਸ ਪਿੰਡ 'ਚੋਂ 11 ਦੇ ਕਰੀਬ ਸਿਵੇ ਨੇ ਜਿਹੜੇ
कैंसर पेशेंट दे बले ने, पर ये पिंड वासी जिहड़े उद्यम कर रहे ने सरकारां दे तक इन्हां दी गल पहुंचे ते अपील कर रहे ने कि बुढ़े नाले दा जिहड़ा पानी सतलुज दरिया दे विच डिगदा है ते नहरां दे राहीं इन्हां पिंडां दे तक पहुंच रहा, उस गंदे पानी दी बदौलत, उस पानी नूं पीण दे कारण, उस पानी नूं वरतण दे कारण इस तरह दे घरां दे विच बच्चे ने जिहड़े उह पैदा हो रहे ने, ते इस पिंड दे विच 50 दे करीब बच्चे ने जिहड़े इस वेले मंदबुद्धी बच्चे ने। सो असी पिंड धरांग वाला दे उस मेन एंट्री ते खड़े हाँ जिथों पिंड शुरू हुंदा है, ते इधर सूआ वग रहा है जड़ा नहर चो निकलदा है, ते यही पानी है जड़ा ये पिंड वासियां दे घरां तक पहुँचता है, यही पानी है जड़ा कैंसर का कारण है, यही पानी है जड़ा चमड़ी दे रोगों का कारण है, ते यही पानी है जिसनूं पीण तो बाद मावां दे बच्चे ने जड़े वो मंदबुद्धि पैदा हो रहे हैं। जिस तरह के हालात इस पिंड दे विच देखे ने, अद्धे तो ज़्यादा पिंड दे विच मंदबुद्धि बच्चे ने, ते अद्धे तो ज़्यादा पिंड कैंसर का रोगी है, यही पानी है जिहड़ा अज मौत बन रहा, कदे अमृत कहा गया सी इस पानी नूं, ते अज ये पानी जिंदगी दे नहीं रहा, जिंदगी लै रहा है। कुछ पिंड वासी भी ने आ पानी सर तुसी वरतदे हो यही पानी है जिहड़ा अज पिंडां दे विच मौत बन रहा है। ये ना जी मालवे की रूपरेखा नहर है, तो नहर जो मतलब जिंदगी की रूपरेखा हो फिर उदू मतलब होर आपने जीने कुछ रह नहीं आता। असी तो सारे मालवे खेत्र नूं रिक्वेस्ट करते हैं जो नहर च गंदे नाले का सीवरेज का लैदर फैक्ट्रिया का या डाई वाली इंडस्ट्री का जो पानी पैंदा उन्होंने रोकया जाए, वो खड़े होण लोग असी रिक्वेस्ट करते हैं लोगों अगे भी, तो नाल जिहड़े साडे MLA सवान मालवा खेत्र दे उन्होंने भी रिक्वेस्ट करते हैं भी वो इस गलते मतलब पब्लिक के नाल खड़न। रिक्वेस्ट है साड़ी भी जिहड़ा असी इंडस्ट्री नूं भी रिक्वेस्ट करते हैं भी साड़ी जान बख्शो भी ये जिहड़ा माड़ा पानी दरियावां च ना पाया जाए, जिहड़ा कि इन्ना पानी जे मतलब माड़ा पानी आउंदा रहा तां साड़ी जिहड़ी लाइफ आ हर तरह डिस्टर्ब है। देखो पहला बीमारी लगती है, फिर बीमारी तो बाद जिहड़ा आर्थिकता जिहड़ी हॉस्पिटलां जाके मतलब नुकसान हुंदा बहुत ज़्यादा, ये इस करके असी रिक्वेस्ट करते हैं सरपंच तो लैके MLA ताई CM साहब तक भी आपां नूं इस गल ते डट के खड़ांगे तां अपनी जिंदगी चलूगी, नहीं तां जिंदगी चलनी मुश्किल है। मतलब बागां दा भी नुकसान हो गया, पंछियां दा भी नुकसान हो रहा, पशुआं नूं भी कैंसर होई जांदा, बंदियां नूं तां तुसीं साडे पिंड दा सर्वे कीता तुसीं देखिया ही है, तां असीं रिक्वेस्ट करदे हां भी लोकां नूं आवाज़ बुलंद करनी चाहीदी आ, इंडस्ट्री नूं साडे ते रहम करना चाहीदा, ते CM साहब नूं असीं रिक्वेस्ट करदे हां खास ध्यान देण। सानूं बड़ी आस है क्यों पूरा इमानदारी नाल लगे हुए है, तो अस वो बस ध्यान की गल है, जिदे ध्यान हो गया असी पूरी उम्मीद रख के बैठे हाँ भी सरकार नहीं कुछ ना कुछ साढ़े लिए चंगा पानी पवित्र पानी जिन्हों कहने हिमालिया का वो साढ़े को आऊगा, असी ये रिक्वेस्ट करते हैं। फाजिलका अबोहर के आस पास के पिंड भगवंत मान साहब जो तो नहीं सीगे मुख्यमंत्री उदों भी आए सी, उन्हां पिंडां दे विच इस तरह के जिहड़े केस सी उन्हां परिवारां नूं मिले सी, उस वेले भी कहा सीगा कि जेकर आम आदमी पार्टी की सरकार आऊगी तो असीं इहदा प्रबंध करांगे, की लगता है कोई उम्मीद हैगी है? उम्मीद है जी, असीं बहुत उम्मीद करते हैं भगवंत मान जी तो भी वो इस पासे जल्दी ध्यान देन, क्योंकि यह बहुत जल्दी ध्यान देने वाला मसला है भी साढ़े तो इतने हुण लोगों रोजी रोटी तो पहल आपदियाँ जिंदगियों का फिक्र बनया हुआ है, बुरा हाल है, तुम अज देखा बच्चों का की हाल है, उन्होंने मापे जोड़े उन्होंने संभालते उन्होंने की हाल है, चमड़ी के रोगों वाले मरीजों का की हाल है, साड़ी खेती का हाल, साढ़े बागों का हाल बहुत माड़ा हाल है जी। सरकार तो बेनती है भी जल्दी तो जल्दी इस पास सारे मालवे के MLA है जोड़े मुख्यमंत्री साहब है वो जल्दी ध्यान देने इस पास। की लगता है कि जिवें एक इकला थोड़ा पिंड नहीं हैगा, होर भी फाजिलका दे अबोहर दे बहुत पिंड ने जिन्हां पिंडां दे विच इस तरह के केस लगातार सामने आ रहे हैं, तुसीं उद्यम कीता थोड़े पिंड दी एक रिपोर्ट सामने आई है 50 दे करीब मंदबुद्धि बच्चे ने कि जिहड़े परिवारां दे विच पैदा हो रहे हैं, पर तुहानूं की लगता है कि जेकर बाकी आस पास के पिंड ने जेकर उन्हां नूं अवेयर किया जाए, कोई मुहिम छेड़ी जाए, कोई सांझे तौर पर कोई इस तरह की संस्था बनाई जाए, सरकार ते कोई दबाव बनेगा, की लगता है? हाँ जी, असीं अगले दिनां च सारे पिंडां दा इक इकट्ठ कर रहे हैं, जिहड़े भी साडे नाल बुद्धिजीवी भरा है जिहड़े वो साडे नाल चलणगे, तां साडे लागे पिंड है डंगरखेड़ा उत्थे भी इसे तरह दी हालात ने, कैंसर दे बहुत मरीज़ ने, सारे पिंडां च इह हाल है जी, जिथे जिथे लोगों ने माड़ा जिहा जिहड़े ध्यान दे लिया उत्थे माड़ा ही हाल है, तो असीं आउण वाले दिनां च सारे पिंडां नूं इकट्ठे करके सरकार अगे बेनती करांगे भी जल्दी साडे बारे सोचा जाए।
ਫਸਲਾਂ ਵੀ ਤੁਹਾਡੇ ਪਿੰਡਾਂ ਦੀਆਂ ਜਾ ਰਹੀਆਂ ਨੇ, ਨਸਲਾਂ ਵੀ ਜਾ ਰਹੀਆਂ ਨੇ, ਪੀੜ੍ਹੀਆਂ ਨੂੰ ਬਚਾਉਣ ਦਾ ਮਸਲਾ ਹੈ। ਤੁਸੀਂ ਖੁਦ ਇੰਨੀ ਵੱਡੀ ਬਿਮਾਰੀ 'ਚੋਂ ਨਿਕਲੇ ਹੋ, ਉਭਰੇ ਹੋ, ਕੁਝ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਉਹ ਫੇਸ ਕੀਤਾ, ਬਹੁਤ ਨੇੜੇ ਤੋਂ ਫੇਸ ਕੀਤਾ, ਹੈ ਨਾ। ਕੋਈ ਕਹਿਣਾ ਚਾਹੋਗੇ ਉਹਨਾਂ ਪਿੰਡਾਂ ਨੂੰ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਬੱਚੇ ਮੰਦ ਬੁੱਧੀ ਨੇ, ਜਿਨ੍ਹਾਂ ਦੇ ਵਿੱਚ ਕੈਂਸਰ ਦੀਆਂ, ਚਮੜੀ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ? ਹਰੀ ਕੇ ਹੈੱਡਵਰਕਸ ਤੋਂ ਲੈ ਕੇ ਅੱਧੇ ਰਾਜਸਥਾਨ ਤੱਕ ਸਤਲੁਜ ਦਾ ਪਾਣੀ ਜਾਂਦਾ ਹੈ। ਅਸੀਂ ਉਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਸਾਡੇ ਨਾਲ ਜੁੜਨ, ਇਕੱਠੇ ਹੋ ਕੇ ਇੱਕ ਵੱਡਾ ਪ੍ਰੋਗਰਾਮ ਉਲੀਕੀਏ ਜਿਹਦੇ ਵਿੱਚ ਮਾਨ ਸਰਕਾਰ ਤੋਂ ਸਾਨੂੰ ਬਹੁਤ ਉਮੀਦ ਹੈ। ਪਿਛਲੀਆਂ 25 ਸਾਲ ਦੀਆਂ ਜੋ ਸਰਕਾਰਾਂ ਸੀ ਉਹਨਾਂ ਨੇ ਸਾਡੀ ਕੋਈ ਬਾਂਹ ਨਹੀਂ ਫੜੀ, ਪਰ ਇਹਨਾਂ ਤੋਂ ਸਾਨੂੰ ਬਹੁਤ ਉਮੀਦ ਹੈ ਕਿ ਇਹ ਇਸ ਚੀਜ਼ ਨੂੰ ਸਿਰੇ ਚੜਾਉਣਗੇ। ਅਗਰ ਜੇ ਇਹ ਕੋਈ ਨਹੀਂ ਇੱਦਾਂ ਦਾ ਹੁੰਦਾ ਤਾਂ ਫਿਰ ਅਸੀਂ ਉੱਥੇ ਜਾ ਕੇ ਉਸ ਬੁੱਢੇ ਨਾਲੇ ਨੂੰ ਬੰਨ੍ਹ ਲਾਉਣ ਨੂੰ ਤਿਆਰ ਰਹਾਂਗੇ। ਇੱਕ ਪਾਸੇ SYL ਨਹਿਰ ਦਾ ਮੁੱਦਾ ਹੈ ਜਿਹੜਾ ਬਹੁਤ ਸਾਲਾਂ ਤੋਂ ਪੰਜਾਬ ਦੇ ਵਿੱਚ ਉਹਦੀ ਸਿਆਸਤ ਪੱਖੀ ਹੋਈ ਹੈ, ਹਰਿਆਣਾ ਅਤੇ ਪੰਜਾਬ ਆਹਮੋ ਸਾਹਮਣੇ ਰਹੇ ਨੇ ਉਸ ਮੁੱਦੇ 'ਤੇ, ਪਰ ਦੂਜੇ ਪਾਸੇ ਜੇਕਰ ਗਰਾਊਂਡ ਪੱਧਰ 'ਤੇ ਪਿੰਡਾਂ, ਪੰਜਾਬ ਦੇ ਪਿੰਡਾਂ ਨੂੰ ਦੇਖੀਏ, ਮਾਲਵਾ ਖਾਸ ਕਰਕੇ ਇਸ ਬੈਲਟ ਨੂੰ ਦੇਖੀਏ, ਤਾਂ ਇਸ ਪਾਣੀ ਦਾ ਮਸਲਾ ਹੈ। ਪਰ ਲੱਗਦਾ ਕਿ ਜਿਵੇਂ ਭਗਵੰਤ ਮਾਨ ਸਾਹਿਬ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਵੀ ਆਏ, ਬਹੁਤ ਲੋਕਾਂ ਨੂੰ ਮਿਲੇ ਵੀ, ਹੈ ਨਾ, ਪਰ ਤੁਹਾਨੂੰ ਲੱਗਦਾ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਸੰਸਥਾ ਸਾਂਝੇ ਉੱਦਮਾਂ ਦੇ ਨਾਲ ਬਣਦੀ ਹੈ ਤਾਂ ਉਹਦਾ ਅਸਰ ਵੱਡਾ ਪਏਗਾ? ਕਿਉਂਕਿ ਪ੍ਰੋਬਲਮ ਬਹੁਤ ਵੱਡੀ ਹੈ, ਤੁਹਾਡੇ ਪਿੰਡਾਂ ਦੀ ਸਮੱਸਿਆ ਬਹੁਤ ਵੱਡੀ ਹੈ। ਨਾ ਤਾਂ ਸਿਹਤਮੰਦ ਜ਼ਿੰਦਗੀ ਹੈ, ਨਾ ਸਿਹਤਮੰਦ ਭੋਜਨ ਹੈ, ਪਸ਼ੂਆਂ ਤੱਕ ਨੂੰ ਕੈਂਸਰ ਹੋ ਰਿਹਾ ਹੈਗਾ। ਲੱਗਦਾ ਕਿ ਅਪੀਲ ਹੈਗੀ ਹੈ ਜਿਹੜੀ ਉਹਨਾਂ ਤੱਕ ਪਹੁੰਚੇਗੀ, ਆਉਣਗੇ ਇਸ ਪਿੰਡ ਦੇ ਵਿੱਚ, ਜਾਣਨਗੇ ਹਾਲਾਤ? ਆਉਣਗੇ ਜੀ, ਅਸੀਂ ਉਮੀਦ ਕਰਦੇ ਹਾਂ, ਜ਼ਰੂਰ ਆਉਣਗੇ। ਲੋਕਾਂ ਦਾ ਇੱਕਾ ਕੀ ਨਹੀਂ ਕਰ ਸਕਦਾ ਕਿ ਜਦੋਂ ਲੋਕਾਂ ਨੇ ਇਕੱਠੇ ਹੋ ਕੇ ਡਿਮਾਂਡ ਕੀਤੀ ਤਾਂ ਜ਼ਰੂਰ ਆਉਣਗੇ। ਸੋ ਇਸ ਪਿੰਡ ਨੂੰ, ਇਸ ਪਿੰਡ ਦੇ ਲੋਕਾਂ ਨੂੰ ਉਮੀਦ ਜ਼ਰੂਰ ਹੈ। ਆਹ ਪਾਣੀ ਹੈਗਾ ਜਿਹੜਾ, ਇਹੀ ਪਾਣੀ ਲੋਕਾਂ ਦੇ ਘਰਾਂ 'ਚ ਜਾਂਦਾ, ਟੈਂਕੀਆਂ 'ਚ ਜਾਂਦਾ। ਇਸੇ ਪਾਣੀ ਦੀ ਵਰਤੋਂ ਕਰਨ ਦੇ ਨਾਲ, ਇਸ ਪਾਣੀ ਨੂੰ ਪੀਣ ਦੇ ਨਾਲ, ਪਸ਼ੂ ਨੇ ਜਿਹੜੇ ਕੈਂਸਰ ਦੀਆਂ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ, ਇਸੇ ਹੀ ਪਾਣੀ ਦੀ ਵਰਤੋਂ ਦੇ ਨਾਲ ਪਿੰਡ ਦੇ ਲੋਕ ਨੇ ਜਿਹੜੇ ਕੈਂਸਰ ਦੀਆਂ, ਚਮੜੀ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ, ਲਿਵਰ ਦੀਆਂ ਸਮੱਸਿਆਵਾਂ ਨੇ, ਗੁਰਦੇ ਦੀਆਂ ਸਮੱਸਿਆਵਾਂ ਨੇ, ਪੱਥਰੀ ਦੀਆਂ ਸਮੱਸਿਆਵਾਂ ਨੇ, ਅਣਗਿਣਤ ਬਿਮਾਰੀਆਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ, ਜਿਹੜੀਆਂ ਜਿਨ੍ਹਾਂ ਦਾ ਇਲਾਜ ਜਿਹੜੇ ਆਮ ਅਤੇ ਗਰੀਬ ਪਰਿਵਾਰ ਆ ਉਹ ਨਹੀਂ ਕਰਵਾ ਸਕਦੇ, ਅਤੇ ਕਹਿੰਦੇ ਕੌਣ ਦੇ ਪਰਿਵਾਰਾਂ ਦੇ ਜੀ ਨੇ ਜਿਹੜੇ ਕੈਂਸਰ ਦੀ ਅਤੇ ਇਹਨਾਂ ਬਿਮਾਰੀਆਂ ਦੀ ਭੇਂਟ ਚੜ ਗਏ ਨੇ। ਪਰ ਫਿਰ ਵੀ ਇੱਕ ਉਮੀਦ ਜ਼ਰੂਰ ਹੈ, ਨਵੀਂ ਸਰਕਾਰ ਬਣੀ ਹੈ, ਜੇ ਆਈ ਪੱਤਝੜ ਤਾਂ ਫਿਰ ਕੀ ਏ, ਤੂੰ ਅਗਲੀ ਰੁੱਤੇ ਯਕੀਨ ਰੱਖੀ, ਮੈਂ ਲੱਭ ਕੇ ਲਿਆਉਂ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਅਤੇ ਇਸ ਪਿੰਡ ਦੇ ਕੁਝ ਲੋਕ ਨੇ ਜਿਨ੍ਹਾਂ ਦੇ ਵੱਲੋਂ ਫੁੱਲਾਂ ਜੋਗੀ ਜ਼ਮੀਨ ਸਾਂਭੀ ਹੋਈ ਹੈ ਕਿ ਇੱਥੇ ਨਾ ਹੀ ਤਾਂ ਫਸਲਾਂ ਇਸ ਪਿੰਡ ਦੀਆਂ ਬਚ ਰਹੀਆਂ ਨੇ, ਨਾ ਹੀ ਨਸਲਾਂ ਬਚ ਰਹੀਆਂ ਨੇ, ਨਾ ਹੀ ਪਸ਼ੂ ਬਚ ਰਹੇ ਨੇ, ਕਿਉਂਕਿ ਕਿਸਾਨੀ ਦਾ ਸਭ ਤੋਂ ਵੱਡਾ ਧਨ ਜੇ ਆਪਾਂ ਕਹੀਏ ਤਾਂ ਪਸ਼ੂ ਧਨ ਹੁੰਦਾ, ਜਿੱਥੋਂ ਉਹਨਾਂ ਨੇ ਖੇਤੀ ਵੀ ਕਰਨੀ ਹੈ, ਆਮਦਨ ਵੀ ਹੋਣੀ ਹੈ। ਪਰ ਭਾਵੇਂ ਕਿਸਾਨੀ ਨਾਲ ਸੰਬੰਧਿਤ ਪਰਿਵਾਰ ਨੇ, ਭਾਵੇਂ ਮਜ਼ਦੂਰ ਪਰਿਵਾਰ ਨੇ, ਸਾਰੇ ਹੀ ਪਰਿਵਾਰਾਂ ਦੇ ਮਾੜੇ ਹਾਲਾਤ ਨੇ ਜਿਹੜੇ ਅੱਜ ਅਸੀਂ ਪਿੰਡ ਦਾ ਸਰਵੇ ਕੀਤਾ। ਪਰ ਫਿਰ ਵੀ ਇੱਕ ਉਮੀਦ ਜ਼ਰੂਰ ਹੈ ਇਸ ਪਿੰਡ ਦੇ ਲੋਕਾਂ ਨੂੰ ਕਿ ਨਵੀਂ ਸਰਕਾਰ ਬਣੀ ਹੈ, ਭਗਵੰਤ ਮਾਨ ਜੀ ਦੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ, ਅਤੇ ਸੱਤਾ 'ਚ ਆਉਣ ਤੋਂ ਕੁਝ ਸਾਲ ਪਹਿਲਾਂ ਪੰਜਾਬ ਦੇ ਹੁਣ ਦੇ ਜਿਹੜੇ ਮੁੱਖ ਮੰਤਰੀ ਨੇ, ਇਸ ਵੇਲੇ ਦੇ ਭਗਵੰਤ ਮਾਨ ਜੀ ਇਸ ਇਲਾਕੇ ਦੇ ਅਬੋਹਰ ਦੇ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਆਉਂਦੇ ਨੇ, ਮੰਦਬੁੱਧੀ ਬੱਚਿਆਂ ਨੂੰ ਮਿਲਦੇ ਨੇ, ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਨੇ, ਭਰੋਸਾ ਜ਼ਰੂਰ ਦਿੰਦੇ ਨੇ ਕਿ ਅਸੀਂ ਪਾਣੀਆਂ ਦਾ ਮੁੱਦਾ ਚੁੱਕਾਂਗੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਸ਼ੁੱਧ ਪਾਣੀ ਆ ਜਿਹੜਾ ਲੋਕਾਂ ਦੀ ਵਰਤੋਂ ਦੇ ਲਈ ਅਤੇ ਪੀਣ ਦੇ ਲਈ ਪਹੁੰਚਾਇਆ ਜਾਵੇ। ਪਰ ਇਹਨਾਂ ਪਿੰਡ ਵਾਸੀਆਂ ਨੂੰ ਅੱਜ ਵੱਡੀ ਉਮੀਦ ਹੈ ਕਿ ਭਗਵੰਤ ਮਾਨ ਦੀ ਸਰਕਾਰ ਜ਼ਰੂਰ ਕੁਝ ਕਰੇਗੀ ਤਾਂ ਜੋ ਇਸ ਪਿੰਡ ਦੀਆਂ ਅਤੇ ਇਸ ਦੇ ਨਾਲ ਜੋ ਹੋਰ ਪਿੰਡ ਜੁੜੇ ਹੋਏ ਨੇ ਉਹਨਾਂ ਪਿੰਡਾਂ ਦੀਆਂ ਨਸਲਾਂ ਨੇ ਜਿਹੜੀਆਂ ਉਹ ਬੱਚੀਆਂ ਰਹਿ ਸਕਣ, ਬੱਚੇ ਸਿਹਤਮੰਦ ਪੈਦਾ ਹੋ ਸਕਣ, ਸਿਹਤਮੰਦ ਜ਼ਿੰਦਗੀ ਹੋਵੇ, ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ। ਪਰ ਇੱਕ ਗੱਲ ਜ਼ਰੂਰ ਸੋਚਣ ਵਾਲੀ ਹੈ ਕਿ ਆਮ ਆਦਮੀ ਪਾਰਟੀ ਸੱਤਾ 'ਚ ਆਉਣ ਤੋਂ ਪਹਿਲਾਂ ਦਿੱਲੀ ਮਾਡਲ ਦੀ ਜੋ ਗੱਲ ਕਰਦੀ ਸੀ ਉਸ ਦੇ ਵਿੱਚ ਸਿਹਤ ਸਹੂਲਤਾਂ ਦੀ ਗੱਲ ਸਭ ਤੋਂ ਪਹਿਲਾਂ ਹੁੰਦੀ ਸੀ, ਪਰ ਪਿੰਡ ਦੀਆਂ ਸਿਹਤ ਸਹੂਲਤਾਂ ਦਾ ਅਸੀਂ ਹਾਲ ਵੀ ਦੇਖਿਆ ਅਤੇ ਪਿੰਡ ਵਾਸੀ ਜਿਸ ਤਰ੍ਹਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ, ਇਸ ਪਿੰਡ ਦੀ ਅਤੇ ਇਸ ਪਿੰਡ ਦੇ ਆਸ ਪਾਸ ਦੇ ਪਿੰਡਾਂ ਦੀ ਬਹੁਤ ਵੱਡੀ ਤ੍ਰਾਸਦੀ ਹੈ ਕਿ ਹਰ ਇੱਕ ਘਰ ਦੇ ਵਿੱਚ ਪੇਸ਼ੈਂਟ ਹੈ, ਇੱਕ ਦੋ ਪੇਸ਼ੈਂਟ ਨੇ ਹਰ ਇੱਕ ਘਰ ਦੇ ਵਿੱਚ ਨੇ, ਅਤੇ ਬਿਮਾਰੀਆਂ ਵੀ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਉੱਭਰਨਾ ਨਿਕਲਣਾ ਪਰਿਵਾਰਾਂ ਦੇ ਲਈ ਸੌਖਾ ਨਹੀਂ ਹੁੰਦਾ। ਸੋ ਅਸੀਂ ਵੀ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਬਹੁਤ ਹੀ ਗੰਭੀਰ ਮੁੱਦੇ ਦੇ ਵੱਲ ਧਿਆਨ ਦੇਵੇਗੀ। ਨਹਿਰਾਂ ਦੇ ਵਿੱਚ ਜੋ ਗੰਦੇ ਨਾਲੇ ਦਾ, ਬੁੱਢੇ ਨਾਲੇ ਦਾ ਪਾਣੀ ਲੁਧਿਆਣਾ ਤੋਂ ਮਿਲਾਇਆ ਜਾ ਰਿਹਾ ਹੈ ਅਤੇ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਪਹੁੰਚ ਰਿਹਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਸਾਈਡ ਦੇ ਜਿਹੜੇ ਪਿੰਡ ਨੇ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਰਿਹਾ, ਅਤੇ ਨਹਿਰਾਂ 'ਚੋਂ ਜੋ ਸੂਏ ਨਿਕਲਦੇ ਨੇ ਇਹਨਾਂ ਸੂਇਆਂ ਦੇ ਵਿੱਚ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਦਾ। ਇਸ ਪਾਣੀ ਦੀ ਵਰਤੋਂ ਦੇ ਨਾਲ ਅਣਗਿਣਤ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਅਤੇ ਪਿੰਡਾਂ ਦੇ ਪਿੰਡ ਇਸ ਵੇਲੇ ਖਤਮ ਹੋਣ ਦੇ ਕਿਨਾਰੇ ਨੇ। ਸੋ ਉਮੀਦ ਕਰਦੇ ਹਾਂ ਕਿ ਭਗਵਾਨ